Krishna Mati Ave. So Satgur Mahi Samana Ehe Bani Jo Jiyo Janem Tisse Antar Rave Har Naam Bani. ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਅਰ ਤਖ ਗੁਰੂ ਨਿਸਤਾਰੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂ ਪੁਰਖ ਕੀ ਨਿਜ ਘਰ ਵਾਸਾ ਹੋਏ ਮਾਰੂ ਮਹੱਲਾ ਪੰਜਵਾਂ ਅਚੁੱਤ ਪਾਰ ਬ੍ਰਹਮ ਪਰਮੇਸ਼ਵਰ ਅੰਤਰ ਜਾਮੀ ਮਧਸੂਦਨ ਦਮੋਦਰ ਸਵਾਮੀ ਰਿਕੀਕੇਸ਼ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ਵਰ ਹਰ ਜੀਉ ਅਸੁਰ ਸੰਘਾਰੇ ਜਗ ਜੀਵਨ ਅਵਿਨਾਸ਼ੀ ਠਾਕੁਰ ਘਟ ਘਟ ਵਾਸੀ ਹੈ ਸੰਗਾ ਤਰਣੀ ਧਰ ਈਸ਼ ਨਰ ਸਿੰਘ ਨਰਾਇਣ ਦਾੜਾ ਅਗਰੇ ਪ੍ਰਥਮ ਤਰਾਇਣ ਬਾਵਨ ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ ਸ਼੍ਰੀ ਰਾਮ ਚੰਦ ਜਿਸ ਰੂਪ ਨਰੇਖਿਆ ਬਨਵਾਲੀ ਚੱਕਰ ਪਾਣ ਦਰਸ਼ ਅਨੂਪਿਆ ਸਹਸ ਨੇਤਰ ਮੂਰਤ ਹੈ ਸਹਸਾ ਇੱਕ ਦਾਤਾ ਸਭ ਹੈ ਮੰਗਾ ਭਗਤ ਵਛਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਵਾਸਦੇਵ ਨਿਰੰਜਨ ਦਾਤੇ ਬਰਨ ਨਸਾ ਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ
द्रौपदी लज्जा निवार उदाहरण कमला कंत कर कंतूहल आनंद बनोदी नह संगा अमोग दर्शन आजूनी संभो अकाल मूरत जिस कदे नाही खाम अबनाशी अबगत अगोचर सब किश तुझे ही है लगा श्री रंग बैकुंठ के वासी मच कच कूरम आग्या अतरासी केशव चलत कर निराले कीता लोड है सो होएगा निराहारी निर्वैर समाया तार खेल चतर पुज कहाया सांवल सुंदर रूप बना मैं बेन सुनत सब मोहगा बनमाला विपुखण कमल नैन सुंदर कुंडल मुकट बैन शंख चकर गदा है तारी महासारथी सतसंगा पीत पीतंबर त्रैपण तनी जगन्नाथ गोपाल मुख पाणी सारिंग तार भगवान बीठोला मैं गणत न आवे सर बंगा नेह कंटक नेह केवल कहिए तनज जल थल है महिए मृत लोक पया पयाल समीपत अस्थिर थान जिस है अपगा नेह कंटक नेह केवल कहिए तनज जल थल है महिए मृत लोक पयाल समीपत अस्थिर थान जिस है अपगा वाहे गुरु जी का खालसा वाहे गुरु जी की फतेह। इस पावन शब्द दे 21 पदे हन सरलेख 16 ही है। अज इस दे 12 बंद दास ने आप जी नूं सरवण करवा। गुरु रूप साध संगत जी अदब सहित फतेह प्रवान करना जी। वाहे गुरु जी का खालसा वाहे गुरु जी की फतेह। आप बड़े भाव ते प्यार सहित जुड़ मिल बैठे गुरु पातशाह साहिब जी दे अपने ही निज पावन स्वरूप शब्द नाल चित लाया है। शब्द नाल चित लाउंदियां ही गुरु की बख्शिशां दी सांझ वरतदी है। पातशाह साहिब जी दियां जो बेअंत वडियाईयां ते बख्शिशां
ਇੱਥੇ ਸਤਸੰਗਤ ਵਿੱਚ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਅਤੇ ਧਾਰਨੀ ਹੋਇਓ। ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿ। ਗਰੀਬ ਨਿਵਾਸ ਘੱਟ ਘੱਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਇਆ ਹੈ। ਇਸ ਵਕਤ ਰਹਿਮਤ ਕਰਕੇ ਆਪਣੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤੇ। ਇਸ ਪਾਵਨ ਸਥਾਨ 'ਤੇ ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੇ ਪਵਿੱਤਰ ਸ਼ੋਹਾ ਹਨ, ਜਿਨ੍ਹਾਂ ਦੇ ਸਦਕੇ ਅੱਜ ਵੀ ਉਹੀ ਰੰਗ ਵਰਤਦੇ ਨੇ। ਦ੍ਰਿਸ਼ਟੀ ਜਿਉਂ ਜਿਉਂ ਗਹਿਰੀ ਹੋ ਜਾਏ, ਭਾਵ ਜਿਨ੍ਹਾਂ ਦਾ ਗਹਿਰਾ ਹੋ ਜਾਂਦਾ ਹੈ, ਅੱਜ ਵੀ ਉਸੇ ਰੰਗ ਨੂੰ ਮੰਨਦੇ ਨੇ, ਅੱਜ ਵੀ ਉਸ ਬਖਸ਼ਿਸ਼ ਨੂੰ, ਉਸ ਨਾਮ ਔਖਦ ਨੂੰ ਅੱਜ ਵੀ ਪਿਆਰੇ ਤੋਂ ਪ੍ਰਾਪਤ ਕਰਦੇ ਨੇ। ਜਿਸ ਨਾਮ ਔਖਦ ਨੂੰ ਪ੍ਰਾਪਤ ਕਰਨ ਵਾਸਤੇ ਉੱਥੇ ਕਦੇ ਵਹੀਰਾਂ ਘੱਤ ਕੇ ਇਸ ਦਿੱਲੀ ਨਗਰ ਦੇ ਨਿਵਾਸੀ ਆਇਆ ਕਰਦੇ ਸਨ, ਅੱਜ ਵੀ ਉਸੇ ਤਰ੍ਹਾਂ ਵਹੀਰਾਂ ਘੱਤ ਕੇ ਇਸ ਨਾਮ ਔਖਦ ਨੂੰ ਪ੍ਰਾਪਤ ਕਰਨ ਲਈ ਸਤਸੰਗੀ ਪਹੁੰਚਦੇ ਨੇ। ਉਸ ਪਾਵਨ ਸਥਾਨ 'ਤੇ ਬੈਠ ਕੇ ਸਾਨੂੰ ਗੁਰੂ ਪਾਤਸ਼ਾਹ ਸਾਹਿਬ ਜੀ ਕੀ ਬਾਣੀ ਪੜ੍ਹਨ ਸੁਣਨ ਵਿਚਾਰਨ ਦਾ ਸਮਾਂ ਮਿਲਿਆ। ਅਸੀਂ ਇਸ ਗੱਲੋਂ ਵਡਭਾਗੀ ਹਾਂ, ਸਾਨੂੰ ਸ਼ਬਦ ਸਰੂਪ ਕਰਕੇ ਆਪ ਮਿਲਦੇ ਨੇ, ਸਾਡੇ ਨਾਲ ਸਾਂਝ ਪੈਂਦੀ ਹੈ। ਹੁਣੇ ਹੁਣੇ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸ਼ਰਵਣ ਕਰਾਏ ਨੇ ਜੋ ਅੰਮ੍ਰਿਤਮਈ ਬਚਨ। ਇਸ ਪਾਵਨ ਬਚਨ ਦੇ ਵਿੱਚੋਂ ਆਪਾਂ ਵਿਚਾਰ ਨੂੰ ਪ੍ਰਾਪਤ ਕਰਨਾ ਹੈ। ਵਿਚਾਰ ਕੇਵਲ ਅੱਖਰੀ ਅਰਥ ਨਹੀਂ ਹੁੰਦੇ। ਕਈ ਵਾਰ ਅਸੀਂ ਇੱਕ ਦੂਜੇ ਨੂੰ ਕਹਿ ਦਿੰਦੇ ਕਿ ਲੈ ਭਾਈ ਇਹਦਾ ਵਿਚਾਰ ਸੁਣ। ਵਿਚਾਰ ਕੇਵਲ ਅੱਖਰੀ ਅਰਥ ਨਹੀਂ ਹੈ, ਗੁਰੂ ਦਾ ਵਿਚਾਰ ਅਸਾਂ ਪ੍ਰਾਪਤ ਕਰਨ ਦਾ ਯਤਨ ਕਰਨਾ ਹੈ ਅਤੇ ਵਿਚਾਰ ਇੱਕ ਹੁੰਦਾ ਹੈ। ਜੇ ਕਿਤੇ ਅਸੀਂ ਉਸ ਨੂੰ ਪਕੜ ਸਕੀਏ, ਉਹ ਰੇਸ਼ਮ ਦੀ ਬਾਰੀਕ ਜਿਹੀ ਇੱਕ ਤਾਰ ਹੁੰਦੀ ਹੈ ਜਿਸ ਦੇ ਸਹਾਰੇ ਨਾਲ ਅਸੀਂ ਪਹਾੜ ਲੰਘ ਸਕਦੇ ਹਾਂ। ਅੱਜ ਦੀ ਜੇ ਗੱਲ ਕਰੀਏ, ਅੱਜ ਦਾ ਵਿਚਾਰ ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰ ਹੈ ਸੋ ਹੋਏ, ਤੇਰੇ ਤੋਂ ਬਿਨਾਂ ਦੂਸਰਾ ਕੋਈ ਨਹੀਂ। ਇਹ ਵਿਚਾਰ ਸੱਚਖੰਡ ਤੋਂ ਪ੍ਰਸਰਿਤ ਹੁੰਦਾ ਹੈ, ਉੱਥੋਂ ਸਾਡੇ ਵਾਸਤੇ ਦਿੱਤਾ ਜਾਂਦਾ। ਜਿਵੇਂ ਰੇਡੀਓ 'ਤੇ ਇੱਕ ਆਵਾਜ਼ ਅੰਦਰ ਬੈਠਾ ਹੋਇਆ ਬੰਦ ਕਮਰੇ 'ਚ ਵਿਅਕਤੀ ਬੋਲਦਾ, ਬਿਜਲਈ ਤਰੰਗਾਂ ਦੇ ਮੋਢਿਆਂ 'ਤੇ ਚੜ੍ਹ ਕੇ ਉਹ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚ ਜਾਂਦੀ ਹੈ। ਇਵੇਂ ਹੀ ਜਿਵੇਂ ਭਾਵ ਪੂਰਤ ਪਿਆਰੇ ਨੇ ਉਹ ਧੁਰ ਦੇ ਇਸ ਵਿਚਾਰ ਨੂੰ ਗ੍ਰਹਿਣ ਕਰਦੇ ਨੇ। ਜਿਵੇਂ ਥਾਂ ਪੁਰ ਥਾਂ 'ਤੇ ਉਹਨਾਂ ਦੇ ਅਲੱਗ ਅਲੱਗ ਸਟੇਸ਼ਨਸ ਨੇ, ਉਹ ਉਹਨਾਂ ਤੋਂ ਅਗਾਂਹ ਫਿਰ ਉਸ ਨੂੰ ਤੋਰਦੇ ਨੇ, ਔਰ ਹਰ ਸਟੇਸ਼ਨ ਵਾਲਾ ਥੋੜ੍ਹੀ ਥੋੜ੍ਹੀ ਉਹਦੇ ਵਿੱਚ ਗੱਲ ਜੋੜਦਾ ਜਾਂਦਾ ਹੈ ਆਪਣੇ ਸਮੇਂ ਦੇ ਮੁਤਾਬਕ, ਦੇਸ਼ ਕਾਲ ਦੇ ਮੁਤਾਬਕ ਉਹਦੀ ਨਿੱਕੀ ਨਿੱਕੀ ਅਮੈਂਡਮੈਂਟ ਕਰਦਾ ਜਾਂਦਾ ਹੈ। ਜਦੋਂ ਇਹ ਖਿਆਲ ਉੱਥੋਂ ਮਿਲਦਾ ਹੈ ਅਤੇ ਇੱਥੇ ਆਏ, ਇੱਥੋਂ ਖਿਆਲ ਪਾਤਸ਼ਾਹ ਜੀ ਦੇ ਦਰਬਾਰ 'ਚ ਮਿਲਿਆ,
माया ममता मोहनी जिन बिन दंतां जग खाया, मनमुख खादे गुरमुख उभरे जिनी सच नाम चित लाया। ये विचार ते दूसरे पड़ाव ते सी आए। तीसरे पड़ाव ते विचार ते सी इस पावन मुकाम ते पहुंचे जिहड़ा शब्द हुण सरवण कीता है। साधारणता जे असीं विचारांगे ते कहांगे लो जी तीन शब्द अलग अलग ने, उत्थों दे भाई साहब ने पढ़ के सुनाया होना, इत्थे जिन्हां प्रकाश कीता उन्हां पढ़ के सुनाया होना, आ हुण इह खेज ते लड़ी विच है, ये भाई साहब ने पढ़ के सुनाया, पर किते टिक सकीए। इन्हां सारिआं दे विच सूत्राधार कौण है? सारे थावां ते सारे भाई साहब भावें उम्र करके छोटे ने, भावें उम्र करके वड्डे ने, किसी नूं असीं नां थां करके जाणदे आ, किसी नूं असीं नहीं जाणदे, पर इन्हां दे विच कौण वरतदा है, किहदा शब्द सुना रहे ने? ते सियाणे प्यारे कहणगे गुरु का शब्द है भाई। हुण भाई साहब आप ते नहीं कुछ सुणांदे ना, गुरु का शब्द सुणांदे ने। जे गुरु का शब्द सुणांदे ने ते गुरु का शब्द विचार है गुरु का, ते की गुरु दो ने, ने गुरु ते इक है। ये बहुत बारीक है कि गुरु इक है, उहदे स्वरूप ते बेअंत ने। गुरु इक है ते फिर विचार भी एक ही होएगा ना, ऐसा ते नहीं हो सकता ना भी एक गुरु दे विचार बदल जाण। ते जे इत्थे होर ते उत्थे होर है ते फिर भरोसेयोग नहीं है ना। जिहड़ा थां थां ते बदल जाए वो भरोसेयोग नहीं हुंदा। भरोसेयोगता उहदी हुंदी है जो सदा एक समान रहे, जिहदे उत्ते देश अते काल दा असर ना पवे। टाइम एंड स्पेस अजकल दी भाषा च लोक कहिंदे ने, जिहदे उत्ते समें दा अते स्थान दा प्रभाव ना पवे, वो सत है। वो हर चीज़ सत है जिहदे उत्ते थां दा ते समें दा प्रभाव नहीं पैंदा। ते चूंकि आपां ते गुरु दी गल करदे आ ना, गुरु एक है, एक गुरु सानू कुछ कहना चाह रहे ने। अज एक विचार ज्यों ज्यों असीं पढ़ांगे, हुण अपनी गल करिए सानू विचार किवें मिलेगा? गुरु साहब ने ते सानू बख्शिश दे दित्ती, ज्ञान दे दित्ता, हुण सानू किदां मिलेगा? सानू मिलेगा जदों असीं बाणी नूं पढ़ांगे, सुणांगे, समझांगे। ये तीन काम हर सिख नूं करने पैणे, बाणी नूं पढ़ना पैणा, सुनना पैणा ते विचारना पैणा। बाणी नूं पढ़ांगे, सुणांगे, विचारांगे ते एक ख्याल एक विचार अपने मन विच भी आएगा ना कि महाराज ने कहा की है। हो सकता है कोई व्याख्याकार जदों कोई गलबात करदा है ते उहदे शब्दां दा हेर फेर होवे, क्योंकि ये स्वभाविक है और सदा तो अटल नियम है कि जो एक गल नूं दस व्यक्ति कहणगे ते दसां व्यक्तियों का कहण का अंदाज अलग अलग होगा, दसां व्यक्तियों की भाषा शैली अलग अलग होगी, तो वह अलग अलग लगेगा। जदों असीं पढ़ांगे सुणांगे ते एक ख्याल साढ़े अंदर भी आएगा ना कि गल की है, आखिर कोई गल ते गुरु पातशाह कहण। ਉਹ ਜੋ ਸਾਡੇ ਅੰਦਰ ਬਾਣੀ ਨੂੰ ਪੜ੍ਹ ਕੇ ਸੁਣ ਕੇ ਖਿਆਲ ਆਏਗਾ, ਉਹ ਸਾਨੂੰ ਗੁਰੂ ਕਾ ਵਿਚਾਰ ਮਿਲੇਗਾ, ਉਹ ਵਿਚਾਰ ਸਾਡੇ ਜੀਵਨ ਨੂੰ ਬਦਲੇਗਾ। ਨਹੀਂ ਤਾਂ ਅੱਖਰੀ ਅਰਥਾਂ ਨੂੰ ਪੜ੍ਹ ਪੜ੍ਹ ਕੇ ਨਹੀਂ ਜੇ ਕੋਈ ਬਦਲਦਾ, ਨਾ ਅੱਜ ਤੱਕ ਕੋਈ ਬਦਲਿਆ। ਅੱਖਰੀ ਅਰਥਾਂ ਨੂੰ ਤਾਂ ਅਸੀਂ ਜੇਬ 'ਚ ਪਾਈ ਫਿਰਦੇ ਹਾਂ। ਅੱਜ ਹਰ ਇੱਕ ਵਿਅਕਤੀ ਦੀ ਜੇਬ ਦੇ ਵਿੱਚ ਇੱਕ ਛੋਟਾ ਜਿਹਾ ਡਿਵਾਈਸ ਮੋਬਾਈਲ ਹੈ ਨਾ, ਅਤੇ ਉਹਦੇ ਵਿੱਚ ਹਿੰਦੀ ਵਿੱਚ, ਅੰਗਰੇਜ਼ੀ ਵਿੱਚ, ਪੰਜਾਬੀ ਵਿੱਚ ਅਲੱਗ ਅਲੱਗ ਟੀਕਾਕਾਰਾਂ ਵੱਲੋਂ ਕੀਤੇ ਹੋਏ ਟੀਕੇ ਗੁਰਬਾਣੀ ਦੇ ਅਰਥ ਸਾਡੀ ਜੇਬ 'ਚ ਪਾਏ ਹੋਏ ਨੇ। ਜਦੋਂ ਕਿਤੇ ਬਹਿਸ ਮੁਭਾਸੇ ਵਾਸਤੇ ਲੋੜ ਪੈਂਦੀ ਹੈ, ਅਸੀਂ ਚਾਰ ਕੁ ਅੰਕ ਦੱਬਦੇ ਹਾਂ, ਗੁਰਬਾਣੀ ਦਾ ਸ਼ਬਦ ਸਕਰੀਨ 'ਤੇ ਆ ਜਾਂਦਾ। ਕੀ ਅਸੀਂ ਵਿਚਾਰਸ਼ੀਲ ਹੋ ਗਏ ਹਾਂ?
कि असी ज्ञानी हो गए हैं। नहीं, असी कुछ भी नहीं हाँ। खैर, विचार प्राप्त करिए। गुरु का पातशाह ने अमृत वेले के ये काल पुरख वाहेगुरु तेरे तो बिना कोई नहीं। ये किन के गुरु पातशाह सानू कह रहे ने कि सिख कवे गुरु पातशाह नू ये गल्लां कहण दी लोड़ नहीं है। जिवें अध्यापक पढ़ांदा है दो दूनी चार, चार दूनी अठ, बच्चे पढ़ते ने दो दूनी चार, चार दूनी अठ, बच्चे पढ़ रहे ने। अध्यापक नू लोड़ नहीं है, वह पढ़ चुका है, वह गुण चुका है, वह गुणवान हो चुका है, पर फिर भी बोल रहे है। इस करके बोल रहे है कि उहदे पिछे पिछे बच्चे बोलन। सतगुरु का शब्द इस करके मिलता है कि सिख बोले, इसनू सिख समझे, इसनू सिख विचारे। जो पातशाह कहिंदे कि अकाल पुरख वाहिगुरु तेरे तो बिना होर कुछ नहीं, तो फिर असी कही हे सच्चे पातशाह तुहाडे तो बिना कुछ भी नहीं है। आ सारा ब्रह्मंडी पसारा जो कुछ दिस सकता है तो कुछ सानू नहीं दिसता। ब्रह्मंडी पसारे दो ही पक्ष ने ना, दिसदा ते अणदिसदा। जो देखिया जा सकता है इस अख दे नाल, ते जो इस अख दे नाल नहीं देखिया जा सकता है, सारा ब्रह्मंडी पसारा पातशाह तुहाडा ही है। तुद बिन दूजा ना ही कोए, तू करतार करे सो होए। ते की करिए, तेरा जोर तेरी मन टेक। क्यों क्यों जोर है पता क्यों? जगत विच माया वरत रही है, इस करके तेरे जोर की जरूरत है, इस करके तेरी ताकत की जरूरत है। क्योंकि इत्थे मैनू डेगण वास्ते, मैनू विचलित करन वास्ते, मैनू मिटा देन वास्ते कोई ताकत वरत रही है। अज पातशाह ने माया के भारतीय दर्शन माया कहा जाता है, कुछ प्राचीनता दे लोग उसनू शैतानी ताकत कहते हैं। सदा तो संसार दो ही गल्लां चल दी रही हैं, सच झूठ रहे है, तंदुरुस्ती रही है ते बीमारी रही है। नाम अलग अलग होणगे, तंदुरुस्ती का कोई नाम नहीं गा, बीमारियां दे बड़े नाम ने। आप जानते हैं ना, बीमारियां दे बहुत नाम ने, और समय के नाल नाल नवी नवी बीमारियां प्रगट हो रही ने। पर की अज तक किसी ने कहा कि समय के नाल तंदुरुस्ती प्रगट हो रही है? तंदुरुस्ती सदा तो इको ही रही है, उसकी परिभाषा भी इको ही रही है, वो नहीं कदे बदली। पर समय के नाल बीमारियां बदलियां ने। इस तरह रूहानी मंडल दे विच जो सारा व्यापकता ना भरिया होए, तंदुरुस्ती सत स्वरूप होंदी है, वो सत स्वरूप कदे नहीं बदलता। उहदे आले दुआले का जो माहौल है उही नवा 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 नित हुंदा रहिंदा है। जो नित नवा हो रहा है तो तू ही, तेरा स्वरूप भी है, पर वह नुकसानदायक भी होंगे। मजे की गल यह कि फल भी उहदे चों मिलदा है। तो फिर असी की करिए, संसार च व्यापकता जो है जिहदे सदके संसार ग्रोथ भी करता है, तो जिहदे सदके संसार विनाश भी करता है तो विकास भी करता है, वह है माया। जो कदे विकास कर दी है ते कदे विनाश कर दी है, उसे दा नाम है माया। जिस वस्तु दे नाल, जिस चीज दे नाल, जिस स्वरूप दे नाल जुड़ के साड़ी सोच मत बुद्ध अटक जाए ते इतों बदलिए ना, जबकि बदलाव निरंतर हो रहा होवे, उह साडे लई माया हो जाती है। असीं अक्री अर्थां च कदे कदे रुपया पैसा नूं धन दौलत नूं माया कह के पराट जाने। पर जो पातशाह साहब जी सन बख्शिशा दे के गल्लां करदे ते कहिंदे नहीं, माया केवल धन नहीं हुंदी। संस्कृति दे पावन बचना च एक बड़ा प्यारा बचन है, संसार दे किसी व्यक्ति लई रुपये माया हो सकती है, किसी लई धी पुत्र माया हो सकती है, किसी लई आ मकान जमीन जायदाद प्रतवा रुतबा माया हो सकती है, पर अध्यात्मक लोगों की माया केड़ी होंगी जिथे आप बैठे हैं? क्योंकि आप इतने ज़्यादातर अध्यात्मकवाद की गल करते हैं, इन लोगों की माया केड़ी होंगी है? ये अध्यात्मकवादी धन की गल बहुती नहीं करते होंगे,
ਬਹੁਤੀ ਗੱਲ ਧਰਮ ਦੀ ਕਰਦੇ ਨੇ, ਲੋਭ ਲਾਲਚ ਤਿਆਗਣ ਦੀ ਗੱਲ ਕਰਦੇ ਨੇ, ਪਰ ਬਾਵਜੂਦ ਇਸਦੇ ਇੱਕ ਦੂਜੇ ਦੇ ਵਿਰੋਧੀ ਹੁੰਦੇ ਨੇ। ਬਾਵਜੂਦ ਇਸਦੇ ਗੱਲ ਧਰਮ ਦੀ ਕਰਦੇ ਨੇ, ਗੱਲ ਸੱਚ ਬੋਲਣ ਦੀ ਕਰਦੇ ਨੇ, ਗੱਲ ਲੋਕਾਂ ਦੇ ਭਲੇ ਦੀ ਕਰਦੇ ਨੇ, ਪਰ ਬਾਵਜੂਦ ਵਿਰੋਧੀ ਨੇ। ਪਤਾ ਕਿਉਂ? ਇਹਨਾਂ ਦੇ ਉੱਤੇ ਮਾਇਆ ਦਾ ਸਭ ਤੋਂ ਉਤਲੇ ਸਰੂਪ ਦਾ ਪ੍ਰਭਾਵ ਹੁੰਦਾ ਹੈ। ਜਿਵੇਂ ਅਸੀਂ ਚੜ੍ਹਦੇ ਚੜ੍ਹਦੇ ਪੌੜੀਆਂ 10ਵੀਂ ਮੰਜ਼ਿਲ 'ਤੇ ਜਾਣਾ ਅਤੇ 9ਵੀਂ ਮੰਜ਼ਿਲ 'ਤੇ ਖੜ੍ਹੇ ਹੋਵਾਂਗੇ ਅਤੇ ਹਵਾ ਵੀ ਉਨੇ ਵੇਗ ਵਿੱਚ ਵੱਧ ਜਾਏਗੀ ਨਾ, ਉਹਦਾ ਰੂਪ ਉਨਾ ਹੀ ਤਿੱਖਾ ਹੋ ਜਾਏਗਾ ਨਾ, ਉਨੀ ਠੰਡਕ ਵੱਧ ਜਾਏਗੀ ਨਾ। ਇਸ ਕਰਕੇ ਮਾਇਆ ਚਿੱਤ ਪ੍ਰਮੇਣ, ਮਾਇਆ ਚਿੱਤ ਨੂੰ ਭਰਮਤ ਕਰਦੀ ਹੈ। ਅਤੇ ਮਹਾਰਾਜ ਕਿਸ ਰੂਪ ਦੇ ਵਿੱਚ ਭਰਮਤ ਕਰਦੀ ਹੈ? ਜਿਹਨੂੰ ਕਹਿੰਦੇ ਨੇ ਮਨਮੁੱਖ ਖਾਧੇ ਜਾਂਦੇ ਨੇ, ਕਿਸ ਰੂਪ ਦੇ ਵਿੱਚ ਮਨਮੁੱਖ ਖਾਧੇ ਜਾਂਦੇ ਨੇ, ਕਿਵੇਂ ਆ ਕੇ ਨਿਕਲ ਜਾਂਦੀ ਹੈ? ਅਤੇ ਕਹਿੰਦੇ ਮਾਇਆ ਚਿੱਤ ਪ੍ਰਮੇਣ ਇਸ਼ਟ ਮਿੱਤਰੇਖ ਬਾਂਧਵੈ। ਹੇਠਾਂ ਤੋਂ ਉੱਪਰੋਂ ਜਾਵਾਂਗੇ ਅਤੇ ਧਨ ਦੌਲਤ ਹੈ, ਅਤੇ ਪਹਿਲੇ ਪ੍ਰਾਇਮਰੀ ਸੈਕਸ਼ਨ ਦੀਆਂ ਗੱਲਾਂ, ਵੀ ਰੁਪਈਆਂ ਕਰਕੇ ਲੋਕ ਲੜ ਪਏ, ਜ਼ਮੀਨਾਂ ਕਰਕੇ ਲੋਕ ਲੜ ਪਏ, ਇਹ ਤਾਂ ਪ੍ਰਾਇਮਰੀ ਸੈਕਸ਼ਨ 'ਚ ਹੇਠਾਂ ਰੁਲਦੇ ਫਿਰਦੇ ਸਾਡੇ ਤੁਹਾਡੇ ਲਈ ਲੋਕ ਲੜਦੇ ਫਿਰਦੇ ਨੇ, ਉੱਤਲੇ ਲੋਕ ਰਾਜਨੀਤੀ ਕਰਕੇ ਲੜਦੇ ਫਿਰਦੇ ਨੇ, ਇੱਕ ਲੈਵਲ ਦੇ ਉਹ ਲੋਕ ਨੇ ਜੋ ਧਰਮ ਕਰਕੇ ਲੜਦੇ ਫਿਰਦੇ ਨੇ। ਮਾਇਆ ਚਿੱਤ ਪ੍ਰਮੇਣ ਇਸ਼ਟ, ਮਾਇਆ ਚਿੱਤ ਨੂੰ ਪ੍ਰਮਤ ਕਰਦੀ ਹੈ ਇਸ਼ਟ ਦਾ ਰੂਪ ਧਾਰਨ ਕਰਕੇ। ਜਿਸ ਪਾਵਨ ਸ਼ਬਦ ਦੀ ਆਪਾਂ ਗੱਲ ਕਰ ਰਹੇ ਪੜ੍ਹ ਰਹੇ ਹਾਂ, ਇਹਦੇ ਵਿੱਚ ਇਸੇ ਦਾ ਸੰਪੂਰਨ ਅਤੇ ਸੰਕਸ਼ਿਪਤ ਦਰਸ਼ਨ ਹੈ। ਅਸੀਂ ਨਾਵਾਂ 'ਤੇ ਲੜਦੇ ਹਾਂ, ਨਾ 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 ਨਾ, ਇਹਦਾ ਨਾਂ ਨਾ ਲਿਓ ਉਹ ਅਨਮਤ ਦਾ ਹੈ, ਇਹਦਾ ਨਾਂ ਲਿਓ ਉਹ ਫਲਾਣੇ ਧਰਮ ਦੀ ਉਪਾਸਨਾ ਦਾ ਕੇਂਦਰ ਹੈ, ਇਹਦਾ ਨਾਂ ਨਾ ਵਰਤਿਓ ਉਹ ਫਲਾਣੇ ਸੰਪਰਦਾ ਦੀ ਉਪਾਸਨਾ ਦਾ ਕੇਂਦਰ ਹੈ। ਅਤੇ ਕਿਉਂਕਿ ਇੱਥੇ ਮਾਇਆ ਨੇ ਚਿੱਤ ਨੂੰ ਭਰਮਿਤ ਕਰ ਦਿੱਤਾ ਹੈ। ਇੱਕ ਕਹਿੰਦਾ ਹੈ ਤੇ ਰੱਬ, ਪਰ ਮੇਰਾ ਰੱਬ ਇਸ ਤਰ੍ਹਾਂ ਦਾ ਹੈ। ਦੂਜਾ ਕਹਿੰਦਾ ਤੇਰਾ ਰੱਬ ਇਸ ਤਰ੍ਹਾਂ ਦਾ ਹੈ ਅਤੇ ਮੇਰਾ ਰੱਬ ਇਸ ਤਰ੍ਹਾਂ ਦਾ ਹੈ। ਬਸ ਲੜ ਪਏ, ਰੱਬ ਤੇ ਇੱਕ ਹੀ ਹੈ, ਲੜ ਪਏ। ਪਰ ਜਿਹੜੇ ਇਸ ਤੋਂ ਵੀ ਅੱਗੇ ਚਲੇ ਜਾਂਦੇ ਨੇ ਚੌਥੇ ਪੜਾਵ 'ਤੇ, ਉਹ ਜਾਣਦੇ ਨੇ ਕਿ ਨਹੀਂ ਰੱਬ ਇੱਕ ਹੀ ਹੈ। ਨਿੱਕੀ ਜਿਹੀ ਗੱਲ ਮਨ ਸਮਝਾਵਣ ਕਰਨੇ, ਆਪਾਂ ਕਈ ਵਾਰ ਪੜ੍ਹੀ ਸੁਣੀ ਵੀ ਜਿਵੇਂ ਕਿਸੇ ਇੱਕ ਗੁਰੂ ਦੇ ਦੋ ਚੇਲੇ ਉਹਦੀ ਸੇਵਾ ਕਰਨ ਲੱਗੇ, ਸੇਵਾ ਕਰਨ ਵਾਸਤੇ ਦੋਨਾਂ ਨੇ ਉਸ ਬਜ਼ੁਰਗ ਦੀਆਂ ਦੋਨੋਂ ਲੱਤਾਂ ਦੀ ਮਾਲਿਸ਼ ਸ਼ੁਰੂ ਕਰ ਦਿੱਤੀ, ਆਪਣੇ ਵੱਲੋਂ ਮੁੱਠੀ ਚਾਪੀ ਕਰਕੇ ਹਟ ਗਏ, ਬਾਬਾ ਸੌਂ ਗਿਆ। ਬਜ਼ੁਰਗ ਬਾਬਾ ਜਿਉਂ ਸੁੱਤਾ ਅਤੇ ਸੁੱਤਿਆਂ ਇੱਕ ਲੱਤ ਦੇ ਉੱਤੇ ਦੂਜੀ ਲੱਤ ਆ ਗਈ, ਅਤੇ ਹੁਣ ਇੱਕ ਚੇਲਾ ਜਿਹਦੀ ਲੱਤ ਹੇਠ ਆ ਗਈ ਸੀ ਉਹ ਕਲਪ ਉੱਠਿਆ ਕਿ ਲੈ ਮੇਰੀ ਲੱਤ ਦੇ ਉੱਤੇ ਤੇਰੀ ਲੱਤ ਕਿਉਂ ਆ ਗਈ। ਉਹਨੇ ਸੋਟਾ ਚੁੱਕਿਆ, ਉਸ ਲੱਤ ਨੂੰ ਮਾਰਿਆ। ਦੂਜੇ ਨੇ ਗੁੱਸਾ ਕੀਤਾ, ਤੂੰ ਮੇਰੀ ਲੱਤ ਨੂੰ ਮਾਰਿਆ, ਜਿਸ ਲੱਤ ਦੀ ਮੈਂ ਸੇਵਾ ਕਰਦਾ ਤੂੰ ਇਸ ਨੂੰ ਭੰਨਿਆ, ਮੈਂ ਤੇਰੀ ਲੱਤ ਭੰਨ ਦਿਆਂਗਾ। ਉਹਨੇ ਦੂਜੀ ਭੰਨਤੀ, ਅਤੇ ਜ਼ਰਾ ਠੰਡੇ ਦਿਮਾਗ ਨਾਲ ਸੋਚੀਏ, ਲੱਤ ਕਿਹਦੀ ਟੁੱਟੀ? ਬਾਬੇ ਦੀ। ਦੁੱਖ ਕਿਹਨੂੰ ਹੋਇਆ, ਪੀੜਾ ਕਿਹਨੂੰ ਹੋਈ? ਉਸ ਬਜ਼ੁਰਗ ਨੂੰ। ਅਤੇ ਚੇਲਿਆਂ ਨੂੰ ਕੀ ਗਿਆ? ਉਹਨੇ ਡਾਂਗ ਉਹਦੇ ਬਾਬੇ ਲੱਤ 'ਤੇ ਮਾਰਤੀ, ਉਹਨੇ ਡਾਂਗ ਉਹਦੇ ਲੱਤ 'ਤੇ ਮਾਰਤੀ। ਅਜੋਕਾ ਸਮਾਜ ਸਦੀਆਂ ਤੋਂ ਇਸੇ ਤਰ੍ਹਾਂ ਕਰਦਾ ਆ ਰਿਹਾ, ਮੈਂ ਤੇਰੇ ਗੁਰੂ ਪੀਰ ਨੂੰ ਨਹੀਂ ਮੰਨਦਾ, ਤੂੰ ਮੇਰੇ ਗੁਰੂ ਪੀਰ ਨੂੰ ਕਿਉਂ ਨਹੀਂ ਮੰਨਦਾ, ਮੈਂ ਤੇਰੀ ਮੂਰਤ ਭੰਨ ਦਿਆਂਗਾ, ਉਹ ਕਹਿੰਦਾ ਮੈਂ ਤੇਰੀ ਮੂਰਤ ਭੰਨ ਦਿਆਂਗਾ, ਮੈਂ ਤੇਰੇ ਇਸ਼ਟ ਦਾ ਅਪਮਾਨ ਕਰ ਦਿਆਂਗਾ, ਉਹ ਕਹਿੰਦਾ ਮੈਂ ਤੇਰੇ ਇਸ਼ਟ ਦਾ ਅਪਮਾਨ ਕਰ ਦਿਆਂਗਾ, ਉਹ ਕਹਿੰਦਾ ਮੈਂ ਤੇਰੀ ਕਿਤਾਬ ਦਾ, ਤੇਰੇ ਗ੍ਰੰਥ ਦਾ, ਤੇਰੇ ਧਰਮ ਪੁਸਤਕ ਦਾ ਅਪਮਾਨ ਕਰ ਦਿਆਂਗਾ, ਉਹ ਕਹਿੰਦਾ ਮੈਂ ਤੇਰੇ ਦਾ ਅਪਮਾਨ ਕਰ ਦਿਆਂਗਾ। ਪਰ ਅਪਮਾਨ ਕਿਹਦਾ ਹੋ ਰਿਹਾ ਇਹ ਕੋਈ ਨਹੀਂ ਸੋਚਦਾ। ਅਪਮਾਨ ਤਾਂ ਉਸ ਬਜ਼ੁਰਗ ਬਾਪੂ ਦਾ ਹੋ ਰਿਹਾ ਨਾ ਜਿਹਦੀਆਂ ਦੋਨੋਂ ਲੱਤਾਂ ਨੇ, ਦਰਦ ਤਾਂ ਉਹਨੂੰ ਹੁੰਦੀ ਹੋਵੇਗੀ ਨਾ, ਪਰ ਉਹਨੂੰ ਪੁੱਛਦਾ ਕੋਈ ਨਹੀਂ। ਅੱਜ ਇਸ ਸ਼ਬਦ 'ਚ ਪਾਤਸ਼ਾਹ ਸਾਹਿਬ ਨੇ ਦੱਸਿਆ, ਆ ਜਿਤਨੇ ਅੱਜ ਤੱਕ ਧਰਮ ਖੇਤਰ 'ਚ ਨਾਂ ਵਰਤੇ ਜਾਂਦੇ ਹੋਣਗੇ, ਤਕਰੀਬਨ ਇਸ ਸ਼ਬਦ 'ਚ ਉਹ ਸਾਰੇ ਹੀ ਨਾਂ ਵਰਤ ਦਿੱਤੇ ਨੇ ਜਿਨ੍ਹਾਂ 'ਤੇ ਆਪਾਂ ਨਿੱਤ ਬਹਿਸ ਕਰਦੇ ਹਾਂ, ਨਿੱਤ ਲੜਦੇ ਹਾਂ। ਅਤੇ ਪਾਤਸ਼ਾਹ ਕਹਿਣ ਲੱਗੇ ਜਰਾ ਥੋੜ੍ਹਾ ਜਿਹਾ ਉਤਲੇ ਲੈਵਲ 'ਤੇ ਚਲੇ ਜਾ। ਇਸ ਅਧਿਆਤਮਵਾਦ ਤੋਂ ਉੱਪਰ ਵੀ ਇੱਕ ਹੋਰ ਵਾਦ ਹੈਗਾ ਜੇ ਸਾਡਾ ਬਹੁਤੇ ਜੀਵਾਂ ਦਾ ਇਹਨਾਂ ਤਿੰਨਾਂ ਲੈਵਲਾਂ 'ਤੇ ਸੁਰਤ ਮਤ ਬੋਧ ਅਟਕ ਜਾਂਦੀ ਹੈ, ਪਰ ਇਹ ਚੌਥਾ ਇੱਕ ਪੜਾਵ ਹੁੰਦਾ ਹੈ ਜਿਹਨੂੰ ਅਸੀਂ ਪਰਮਾਰਥ ਕਹਿੰਦੇ ਹਾਂ।
ਅਸੀਂ ਬਹੁਤੇ ਜੀ ਸਰੀਰਕ ਲੈਵਲ 'ਤੇ ਜੀ ਰਹੇ ਹਾਂ, ਕੁਛ ਮਾਨਸਿਕ ਲੈਵਲ 'ਤੇ ਜੀ ਰਹੇ ਹਾਂ, ਕੁਛ ਅਧਿਆਤਮਿਕ ਲੈਵਲ 'ਤੇ ਜੀ ਰਹੇ ਹਾਂ। ਟਾਵੇਂ ਟਾਵੇਂ ਹੈਨ ਵਿਰਲੇ ਕਣੇ ਨਹੀਂ, ਹੈਨ ਵਿਰਲੇ ਨਾਹੀਂ ਕਣੇ। ਉਹ ਚੌਥੇ ਵਾਦ ਪਰਮਾਰਥਕ ਵਾਦ 'ਤੇ ਜਿਉਂਦੇ ਨੇ, ਜਿਹੜੇ ਕਹਿੰਦੇ ਨੇ ਤੁਦ ਬਿਨ ਦੂਜਾ ਨਾਹੀਂ ਕੋਏ, ਜਿਹੜੇ ਗੁਰਮੁਖ ਨੇ ਜਿਹਨੇ ਮਾਇਆ ਤੋਂ ਬਚ ਗਏ ਨੇ, ਜਿਹੜੇ ਕਹਿੰਦੇ ਨੇ ਤੁਦ ਬਿਨ ਦੂਜਾ ਨਾਹੀਂ ਕੋਏ, ਜਿਨ੍ਹਾਂ ਦੇ ਬਾਬਤ ਅੱਜ ਇਸ ਸਥਾਨ 'ਤੇ ਬਾਬਾ ਜੀ ਕਹਿੰਦੇ ਨੇ ਮਨਮੁਖ ਖਾਦੇ ਗੁਰਮੁਖ ਉਭਰੇ। ਉਹ ਕਿਹੜੇ ਨੇ? ਜਿਨ ਸੱਚ ਨਾਮ ਚਿੱਤ ਲਾਇਆ। ਉਹ ਸੱਚੇ ਨਾਮ ਨਾਲ ਜੁੜੇ ਟਾਵੇ, ਤੇ ਜਿਹੜਾ ਸੱਚੇ ਨਾਮ ਨਾਲ ਜੁੜ ਗਿਆ ਹੈ ਉਹ ਇੱਥੋਂ ਦੇ ਵਰਤ ਰਹੇ। ਜਿਹੜੇ ਕਿਰਤਮ ਨਾਮ ਨੇ ਉਹਨਾਂ 'ਤੇ ਕਦੇ ਬਹਿਸ ਨਹੀਂ ਕਰੇਗਾ, ਕਿਰਤਮ ਨਾਮਾਂ 'ਤੇ ਕਦੇ ਬਹਿਸ ਨਹੀਂ। ਤੇ ਅੱਜ ਪਾਤਸ਼ਾਹ ਸਾਹਿਬ ਨੇ ਇਹੀ ਤੇ ਗੱਲ ਦੱਸੀ ਕਿ ਅਸਾਂ ਪਹੁੰਚਣਾ ਹੈ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ। ਅਚੁੱਤ ਕਹਿੰਦੇ ਨੇ ਜੋ ਕਦੇ ਡਿੱਗੇ ਨਾ, ਜੋ ਕਦੇ ਆਪਣੇ ਲੈਵਲ ਤੋਂ ਹੇਠਾਂ ਨਾ ਆਵੇ, ਜੋ ਡਰਾਪਿਤ ਨਾ ਹੋ ਸਕੇ, ਜੋ ਡਿੱਗ ਨਾ ਸਕੇ, ਜੋ ਟਪਕ ਨਾ ਸਕੇ, ਜੋ ਥੱਲੇ ਨਾ ਡਿੱਗ ਸਕੇ, ਉਹ ਅਚੁੱਤ ਹੈ। ਤੋ ਕੌਣ? ਅਸੀਂ ਸਾਰੇ ਛੈ ਹੋ ਰਹੇ ਹਾਂ, ਸਾਰੇ ਡਿੱਗ ਰਹੇ ਹਾਂ, ਸਾਰੇ ਹਰ ਵਕਤ ਹਰਾਸਮੈਂਟ ਵਿੱਚ ਆ, ਸਾਰੇ ਹਰ ਵਕਤ ਛੈ ਹੋ ਰਹੇ ਹਾਂ, ਅਸੀਂ ਅਚੁੱਤ ਨਹੀਂ ਹੋ ਸਕਦੇ। ਪਾਰ ਬ੍ਰਹਮ ਹੇ ਅਕਾਲ ਪੁਰਖ ਵਾਹਿਗੁਰੂ, ਜੋ ਤੁਧ ਬਿਨ ਦੂਜਾ ਨਾ ਹੀ ਕੋਈ, ਦੇ ਖਿਆਲ ਨੂੰ ਕਿਤੇ ਪਕੜੀਏ, ਤੇਰੇ ਤੋਂ ਬਿਨਾਂ ਬ੍ਰਹਮੰਡ ਵਿੱਚ ਕੁਛ ਵੀ ਨਹੀਂ ਹੈ। ਅੱਜ ਜੋ ਕੁਛ ਵੀ ਦੇਖ ਰਿਹਾ, ਹੁਣੇ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਬੜੀ ਪਿਆਰੀ ਤੁਕ ਚ ਵਰਤੇ ਜਾ ਰਹੀ ਸੀ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਬਲ ਜਾਏ ਜੀ, ਸਭ ਕੁਛ। ਤੇ ਸਭ ਕੁਛ ਵਿੱਚ ਕੀ ਆ ਗਏ? ਮੈਂ ਵੀ ਆ ਗਿਆ, ਤੁਸੀਂ ਵੀ ਆ ਗਏ, ਜੋ ਸਾਡੇ ਨਾਲ ਸੰਬੰਧਿਤ ਹੈ ਉਹ ਵੀ ਆ ਗਿਆ, ਤੇ ਜਿਹਦੇ ਆਪਾਂ ਵਿਰੋਧ ਵਿੱਚ ਖੜੇ ਹਾਂ ਉਹ ਵੀ ਆ ਗਿਆ। ਸਭ ਕੁਛ ਵੀ ਤਾਂ ਉਹੀ ਹੈ ਨਾ, ਜ਼ਰੂਰੀ ਥੋੜ੍ਹਾ ਕਿ ਮੈਂ ਅਤੇ ਤੁਸੀਂ। ਨਹੀਂ ਨਹੀਂ ਨਹੀਂ, ਜਿਹੜੀ ਗੱਲ ਸਾਨੂੰ ਭਾਸ਼ਾ ਨਹੀਂ ਸਮਝ ਆ ਰਹੀ ਨਾ, ਜੋ ਕਿਸੇ ਦੂਜੇ ਢੰਗ ਨਾਲ ਪੂਜਾ ਪਾਠ ਕਰਿਆ ਉਹ ਵੀ ਸਭ ਕੁਛ ਵਿੱਚ ਹੈ, ਅਤੇ ਸਭ ਕੁਛ ਤੂੰ ਹੈ, ਆ ਸਭ ਤੇਰਾ ਸਰੂਪ ਹੈ, ਹੈ ਹੀ ਤੂੰ, ਤੇਰੇ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ, ਏਕ ਤੂੰ ਹੀ, ਏਕ ਤੂੰ ਹੀ। ਅਸੀਂ ਕਈ ਵਾਰ ਪੜ੍ਹੇ ਹੈ, ਜਿਹੜੇ ਸਹਿਜ ਪਾਠ ਕਰਦੇ ਹਾਂ ਉਹ ਜਾਣਦੇ ਨੇ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਬੜੇ ਪਿਆਰ ਨਾਲ ਕਹਿੰਦੇ, ਡਿਗਰ ਕੋ ਨਹੀਂ, ਦੂਜਾ ਕੋਈ ਨਹੀਂ, ਅਤੇ ਉਹ ਹੈ ਅਚੁੱਤ, ਉਹ ਹੈ ਸਦਾ ਇੱਕ ਸਮਾਨ, ਉਹ ਪਾਰ ਬ੍ਰਹਮ ਹੈ, ਪਰਮੇਸ਼ਰ ਹੈ, ਅੰਤਰਜਾਮੀ ਹੈ, ਸਾਰਿਆਂ ਦੇ ਦਿਲਾਂ ਦੇ ਜਾਣਦੇ ਨੇ। ਮਧਸੂਦਨ ਹੈ, ਦਾਮੋਦਰ ਹੈ, ਇਹ ਮਧਸੂਦਨ ਅਤੇ ਦਾਮੋਦਰ ਜੇ ਉਂਝ ਕਹੀਏ ਤਾਂ ਕੋਈ ਕ੍ਰਿਸ਼ਨ ਦੇ ਨਾਲ ਜੋੜ ਦਿੰਦਾ, ਕੋਈ ਦਾਮੋਦਰ ਗਣੇਸ਼ ਨੂੰ ਕਹਿ ਦਿੰਦਾ। ਅਸੀਂ ਤਾਂ ਲੜ ਸਕਦੇ ਹਾਂ ਨਾ, ਲੈ ਦਾਮੋਦਰ ਕਿਉਂ ਕਹਿ ਰਹੇ ਹੋ ਜੀ, ਉਹ ਤਾਂ ਗਣੇਸ਼ ਨੂੰ ਕਹਿੰਦੇ ਨੇ। ਨਹੀਂ ਨਹੀਂ ਨਹੀਂ, ਕਹਿੰਦੇ ਹੋਣਗੇ ਗਣੇਸ਼ ਨੂੰ, ਗਣੇਸ਼ ਨੂੰ ਵੀ ਲੋਕ ਕਹਿੰਦੇ ਹੋਣਗੇ, ਕੀ ਫਰਕ ਪੈਂਦਾ। ਅੱਜ ਇਹਨਾਂ ਨੂੰ ਹੋਰ ਗਹਿਰੇ ਸਮਝਣਾ ਹੋਵੇ, ਅਸੀਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ, ਪਰ ਨਾਨਕ ਸਿੰਘ ਵੀ ਤਾਂ ਬੜੇ ਨੇ ਨਾ, ਨਾਨਕ ਚੰਦ ਵੀ ਬੜੇ ਹੋਣਗੇ। ਪਰ ਕੀ ਸਾਹਮਣੇ ਤੁਰਿਆ ਜਾਂਦਾ ਵਿਅਕਤੀ ਉਹਨੂੰ ਪੁੱਛੀ, ਭਾਈ ਤੇਰਾ ਨਾਂ ਕੀ ਹੈ? ਆਖੇਗਾ ਜੀ ਨਾਨਕ ਸਿੰਘ। ਤੇ ਕੀ ਉਹ ਨਾਨਕ ਸਿੰਘ? ਉਹ ਵੀ ਨਾਨਕ ਸਿੰਘ ਹੈ, ਤੇ ਪਰ ਸਾਡਾ ਗੁਰੂ ਨਾਨਕ ਤੇ ਉਹ ਨਾਨਕ ਇੱਕ ਥੋੜ੍ਹਾ ਹੋ ਗਏ। ਠੀਕ ਹੈ, ਇਹਦਾ ਵੀ ਅੱਖਰ ਉਹ ਹੀ ਨੇ, ਹੁਣ ਇੱਕ ਕੋਈ ਮਿਲਦਾ, ਉਹਦਾ ਨਾਮ ਅੰਗਦ ਹੋ ਸਕਦਾ। ਬਹੁਤ ਸਾਰੇ ਨੇ ਜੋ ਅਰਜਨ ਸਿੰਘ ਨੇ, ਬਹੁਤ ਸਾਰੇ ਨੇ ਜੋ ਗੋਬਿੰਦ ਸਿੰਘ ਨੇ, ਕੀ ਫਰਕ ਪੈਂਦਾ? ਪਰ ਅਰਜਨ ਸਿੰਘ ਨਾਮ ਰੱਖਣ ਦੇ ਨਾਲ ਕੋਈ ਗੁਰੂ ਅਰਜਨ ਥੋੜ੍ਹਾ ਹੋ ਸਕਦਾ ਹੈ। ਇਸੇ ਤਰ੍ਹਾਂ ਕਿਸੇ ਵਿਅਕਤੀ ਦਾ, ਕਿਸੇ ਸਰੂਪ ਦਾ, ਕਿਸੇ ਮੂਰਤ ਦਾ ਅਗਰ ਕਿਸੇ ਨੇ ਕੋਈ ਨਾਂ ਰੱਖ ਦਿੱਤਾ ਹੈ, ਉਸ ਨਾਂ ਰੱਖਣ ਦੇ ਨਾਲ ਉਹ ਅਕਾਲ ਪੁਰਖ ਥੋੜ੍ਹਾ ਹੋ ਸਕਦਾ ਹੈ। ਪਰ ਹਾਂ, ਅਕਾਲ ਪੁਰਖ ਦਾ ਨਾਮ ਵੀ ਨਾਨਕ ਹੋ ਸਕਦਾ ਹੈ, ਅਕਾਲ ਪੁਰਖ ਦਾ ਨਾਮ ਵੀ ਨਾਨਕ ਹੈ। ਦਾਮੋਦਰ ਕਿਸੇ ਹੋਰ ਮੂਰਤ ਨੂੰ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਅੱਖਰੀ ਅਰਥਾਂ ਵਿੱਚ ਹੁੰਦਾ ਹੈ। ਚੇਤਾ ਰੱਖਣਾ, ਸੰਸਾਰ ਵਿੱਚ ਜਿਤਨੇ ਵੀ ਨਾਮ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਅਸੀਂ ਤੁਸੀਂ ਵਰਤਦੇ ਹਾਂ, ਉਹ ਕਿਸੇ ਨਾ ਕਿਸੇ ਉਹਦੇ ਅੱਖਰੀ ਅਰਥਾਂ ਦੀ ਵਿਸ਼ਾਲਤਾ ਨੂੰ ਮੁੱਖ ਰੱਖ ਕੇ ਵਰਤੇ ਜਾਂਦੇ ਨੇ। ਹੋ ਸਕਦੇ ਨੇ, ਗੋਵਰਧਨ ਇੱਕ ਨਾਮ ਹੈ, ਕਦੇ ਜਿਸਨੇ ਪਹਾੜ ਨੂੰ ਚੁੱਕਿਆ ਗੋਵਰਧਨ, ਲੋਕ ਕ੍ਰਿਸ਼ਨ ਨੂੰ ਕਹਿੰਦੇ ਹੋਣਗੇ,
ਪਰ ਪਾਤਸ਼ਾਹ ਕਹਿਣ ਲੱਗੇ ਨਹੀਂ, ਤੂੰ ਆਪ ਹੈ ਜਿਸ ਨੇ ਸੰਸਾਰ ਨੂੰ ਟਿਕਾ ਹੋਇਆ ਹੋਏ ਗੋਵਰਧਨ ਧਾਰੀ, ਹੇ ਪ੍ਰਭੂ ਜੀ ਤੁਸੀਂ ਆਪ ਰਿਸ਼ੀਕੇਸ਼, ਉਂਝ ਤੇ ਇੱਕ ਤੀਰਥ ਹੋ ਸਕਦਾ ਕਿਸੇ ਦਾ, ਪਰ ਨਹੀਂ ਤੁਸੀਂ ਹੋ ਰਿਸ਼ੀਆਂ ਦੀ ਸੰਭਾਲ ਕਰਨ ਵਾਲੇ, ਪਹਾੜਾਂ ਨੂੰ ਚੁੱਕਣ ਵਾਲੇ ਮੁਰਲੀ ਮਨੋਹਰ, ਉਂਝ ਕਿਸੇ ਅਵਤਾਰ ਨੂੰ ਕਿਹਾ ਜਾਂਦਾ। ਅਸੀਂ ਕਹਾਂਗੇ ਤਾਂ ਲੋਕ ਲੜਨ ਨੂੰ ਤਿਆਰ ਹੋ ਜਾਂਦੇ ਨੇ, ਕੋਈ ਪੂਜਦਾ ਹੈ ਅਤੇ ਕੋਈ ਲੜਦਾ ਹੈ। ਸੰਸਾਰ ਦੇ ਸਰੂਪਾਂ ਨਾਵਾਂ 'ਤੇ ਦੋ ਹੀ ਪੱਖਾਂ ਹੁੰਦੇ ਨੇ, ਇੱਕ ਉਸ ਨੂੰ ਪੂਜਣ ਜਾਂਦਾ ਹੈ, ਇੱਕ ਉਸ ਨਾਂ 'ਤੇ ਲੜਨ ਜਾਂਦਾ ਹੈ। ਅਸੀਂ ਨਾਂ 'ਤੇ ਪੂਜਣ ਜਾਂਦੇ ਹਾਂ ਅਤੇ ਨਾ ਅਸੀਂ ਲੜਨ ਜਾਂਦੇ ਹਾਂ, ਅਸੀਂ ਦੋਨਾਂ ਨੂੰ ਛੱਡ ਦਿੰਦੇ ਹਾਂ। ਅੱਜ ਵੀ ਜਿਹੜੇ ਦੋ ਬਹਿਸ ਮੁਬਾਸੇ ਲੋਕ ਕਰਦੇ ਨੇ, ਗੁਰੂ ਨਾਨਕ ਦੇ ਪਿਆਰਿਓ ਛੱਡ ਦਿਓ ਇਹਨਾਂ ਨੂੰ। ਜਿਵੇਂ ਇੱਕ ਵਾਰ ਬੜਾ ਪਿਆਰਾ ਬਚਨ ਪਾਠ ਕਰਦਿਆਂ ਕਰਦਿਆਂ ਆਪਾਂ ਪੜ੍ਹਿਆ ਨਾ, ਪੰਡਿਤ ਮੂਲਾਂ ਜੋ ਲਿਖ ਦੀਆ ਛਾੜ ਚੱਲੇ ਹਮ ਕੱਛੂ ਨਾ ਲਈਆ, ਛੱਡ ਕੇ ਅੱਗੇ ਚੱਲੀਏ, ਅਸਾਂ ਕੀ ਲੈਣਾ ਇਹਨਾਂ ਤੋਂ ਲੜਨ ਵਾਲਿਆਂ ਤੋਂ। ਜੋ ਇੱਕ ਨੂੰ ਇੱਕ ਪੂਜਣ ਜਾਂਦਾ, ਦੂਜਾ ਲੜਨ ਜਾਂਦਾ, ਇੱਕ ਦੀਵਾ ਜਗਾਉਣ ਜਾਂਦਾ, ਇੱਕ ਦੀਵਾ ਬੁਝਾਉਣ ਜਾਂਦਾ, ਆਪਾਂ ਇਹਨਾਂ ਤੋਂ ਕੀ ਲੈਣਾ। ਸਾਨੂੰ ਤਾਂ ਪਤਾ ਵੀ ਜੇ ਦੀਵਾ ਜਗਦਾ ਤਾਂ ਰੋਸ਼ਨੀ ਹੁੰਦੀ ਹੈ, ਉਹ ਭਾਵੇਂ ਕਿਸੇ ਤਿਲ ਤੋਂ ਕਿਸੇ ਸਰੂਪ 'ਚ ਜਗੇ, ਉਹ ਤੋਂ ਰੋਸ਼ਨੀ ਹੁੰਦੀ ਹੈ। ਉਹ ਮੁਰਲੀ ਮਨੋਹਰ ਹੈ ਕਿਉਂਕਿ ਉਹਦੀ ਧੁਨ ਬੜੀ ਮਿੱਠੀ ਹੈ। ਰੰਗਾਂ ਦਾ ਮਾਲਕ ਹੈ, ਮੋਹਨ ਹੈ, ਮਨ ਨੂੰ ਖਿੱਚ ਲੈਣ ਵਾਲਾ ਹੈ। ਮਾਧਵ ਹੈ, ਸੰਸਾਰ ਦੇ ਮਾਇਆ ਦਾ ਪਤੀ ਹੈ। ਕ੍ਰਿਸ਼ਨ ਮੁਰਾਰੀ ਹੈ, ਦੁਨੀਆ ਕ੍ਰਿਸ਼ਨ ਮੁਰਾਰ ਕਹਿ ਕੇ ਦੁਆਪਰ ਚਲੀ ਜਾਂਦੀ ਹੈ, ਪਰ ਅਸੀਂ ਦੁਆਪਰ 'ਚ ਕਿਉਂ ਜਾਂਦੇ ਹਾਂ? ਅਸੀਂ ਕਾਲ ਦੇ ਚੱਕਰ 'ਚ ਕਿਉਂ ਫਸਦੇ ਹਾਂ? ਸਾਨੂੰ ਤਾਂ ਅਕਾਲ ਨਾਲ ਟੈਗ ਕਰ ਦਿੱਤਾ ਗਿਆ ਨਾ, ਅਤੇ ਜਦ ਅਕਾਲ ਦੇ ਨਾਲ ਜੋੜ ਦਿੱਤਾ ਗਿਆ ਅਤੇ ਫਿਰ ਅਸੀਂ ਕਾਲ ਚੱਕਰ 'ਚ ਵਾਰ ਵਾਰ ਹੇਠਾਂ ਕਿਉਂ ਡਿੱਗਦੇ ਪਏ ਹਾਂ? ਸਾਨੂੰ ਜਦੋਂ ਉੱਤੇ ਜਗ੍ਹਾ ਮਿਲ ਗਈ ਹੈ, ਅਸੀਂ ਹੇਠਾਂ ਵਾਰ ਵਾਰ ਦਲਦਲ ਵਿੱਚ ਕਿਉਂ ਫਸਦੇ ਪਏ ਹਾਂ? ਠੀਕ ਹੈ, ਅਕਾਲ ਦੇ ਸਮੇਂ ਦੇ 'ਚ ਕਦੇ ਮੁਰਲੀਆਂ ਵੱਜੀਆਂ ਨੇ, ਕਦੇ ਗੋਵਰਧਨ ਧਾਰੀ ਸਰੂਪ ਹੋਏ ਹੋਣਗੇ, ਬੜੇ ਇਤਿਹਾਸ 'ਚ ਰੂਪ ਨੇ। ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਓ ਅਸੁਰ ਸੰਘਾਰੇ। ਅਸੁਰ ਸੰਘਾਰ ਕਿਹਾ ਜਾਂਦਾ ਹੈ ਪਰਮਾਤਮਾ ਨੂੰ, ਹੁਣੇ ਅਸੀਂ ਪੜ੍ਹਦੇ ਹਾਂ, ਰੋਜ਼ਾਨਾ ਪੜ੍ਹਦੇ ਹਾਂ। ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ ਹਰਣਾਕਸ਼ ਦੁਸ਼ਟ ਹਰ ਮਾਰਿਆ। ਅਤੇ ਅਸੁਰ ਸੰਘਾਰ ਹੋਏ ਸਦੀਆਂ ਤੋਂ ਹੋਏ। ਜਦੋਂ ਵੀ ਕੋਈ ਵਿਅਕਤੀ ਆਸੁਰੀ ਬਿਰਤੀ ਨੂੰ ਧਾਰਨ ਕਰ ਲਏਗਾ ਅਤੇ ਆਸੁਰੀ ਬਿਰਤੀ ਨੂੰ ਧਾਰਨ ਕਰਕੇ ਕਿਸੇ ਉੱਚ ਸਥਾਨ ਤੱਕ ਪਹੁੰਚ ਜਾਏਗਾ, ਉਹਦਾ ਸੰਘਾਰ ਹੋ ਜਾਏਗਾ। ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਪ ਦਾ ਕੜਾ ਭਰ ਜਾਏਗਾ ਅਤੇ ਆਪੇ ਡੁੱਲ ਜਾਏਗਾ। ਇਹ ਕੁਦਰਤੀ ਹੈ, ਜਦੋਂ ਵੀ ਜਿਸ 'ਤੇ ਪਾਪ ਦਾ ਕੜਾ ਭਰ ਜਾਂਦਾ ਹੈ ਉਹ ਫੁੱਟ ਜਾਂਦਾ ਹੈ, ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੋ ਜਾਂਦਾ ਹੈ। ਜੋ ਵੀ ਅਸੁਰ ਬਿਰਤੀ 'ਚ ਆਉਂਦਾ ਹੈ ਉਸ ਨੂੰ ਅਵਿਨਾਸ਼ ਸੰਘਾਰ ਕਰ ਦਿੰਦਾ ਹੈ। ਤੁਸੀਂ ਕਰਦੇ ਹੋ ਅਸੁਰ ਸੰਘਾਰਨ ਹੋ, ਅਸੁਰ ਦਾ ਜਗ ਜੀਵਨ, ਜਗਤ ਨੂੰ ਜੀਵਨ ਵੀ ਦਿੰਦੇ ਹੋ। ਜੇ ਅਸੁਰਾਂ ਦਾ ਸੰਘਾਰ ਕਰਦੇ ਹੋ ਤਾਂ ਜਗਤ ਨੂੰ ਜੀਵਨ ਦਿੰਦੇ ਹੋ। ਜਗ ਜੀਵਨ ਅਵਿਨਾਸ਼ੀ ਸਦਾ ਤੋਂ ਇੱਕ ਸਮਾਨ ਹੋ ਠਾਕੁਰ ਜੀਓ, ਘਟ ਘਟ ਵਾਸੀ ਹੈ ਸੰਗਾ, ਇਹ ਪਰਮੇਸ਼ਰ ਮੇਰੇ ਸਦਾ ਤੋਂ ਹਰ ਹਿਰਦੇ ਦੇ ਵਿੱਚ ਹੈ। ਜਿਤਨੇ ਵੀ ਹਿਰਦੇ ਨੇ ਬ੍ਰਹਮੰਡੀ ਰਚਨਾ ਦੇ ਵਿੱਚ, ਭਾਵੇਂ ਕਿਸੇ ਕੀੜੀ ਦਾ ਹਿਰਦਾ ਹੈ ਅਤੇ ਭਾਵੇਂ ਕਿਸੇ ਹਾਥੀ ਦਾ ਹਿਰਦਾ, ਉਸਨੂੰ ਧੜਕਣ ਕੌਣ ਦੇ ਰਿਹਾ? ਉਹ ਕਰਤਾ ਦੇ ਰਿਹਾ। ਆ ਜਿਤਨੇ ਨਿੱਕੇ ਨਿੱਕੇ ਸਾਧੂ ਸਮਾਨ ਇੱਥੇ ਜਗ ਰਹੇ ਨੇ, ਆ ਕੈਮਰੇ ਚੱਲ ਰਹੇ ਨੇ, ਆ ਬਲਬ ਜਗ ਰਹੇ ਨੇ, ਸਾਡੇ ਨਿੱਕੇ ਨਿੱਕੇ ਡਿਵਾਈਸ ਚੱਲ ਰਹੇ ਨੇ, ਹਰ ਘਰ ਦੇ ਵਿੱਚ ਕਿਤੇ ਕੋਈ ਲਾਟੂ ਜਗਦਾ, ਕਿਤੇ ਕੋਈ ਠੰਡੀ ਹਵਾ ਦੇਣ ਵਾਲੀ ਮਸ਼ੀਨ ਚੱਲਦੀ ਹੈ, ਕਿਤੇ ਗਰਮ ਹਵਾ ਦੇਣ ਵਾਲੀ ਮਸ਼ੀਨ, ਕੌਣ ਚਲਾ ਰਿਹਾ ਇਹਨੂੰ? ਇੱਕ ਵਿਗਿਆਨੀ ਕਹੇਗਾ ਬਿਜਲੀ, ਉਹ ਇੱਕ ਸ਼ਬਦ ਮੁਕਾ ਦੇਗਾ, ਆ ਘੜੀ ਬਿਜਲੀ ਨਾਲ ਚੱਲਦੀ ਹੈ, ਕੈਮਰਾ ਬਿਜਲੀ ਨਾਲ ਚੱਲਦਾ ਹੈ, ਬਲਬ ਬਿਜਲੀ ਨਾਲ ਚੱਲਦਾ, ਤੇ ਵੀ ਇਹਨਾਂ ਨੂੰ ਪੂਜਣ ਦੀ ਕੀ ਲੋੜ ਪਈ ਹੈ? ਆਪਾਂ ਸਿੱਧਾ ਬਿਜਲੀ ਨਾਲ ਕਿਉਂ ਨਹੀਂ ਕਨੈਕਟ ਹੋ ਜਾਂਦੇ? ਜੇ ਜਗਣਾ ਹੈ ਤੇ ਬਿਜਲੀ ਨਾਲ ਜਗ ਜਾਓ। ਆ ਜਿਤਨੇ ਸੰਸਾਰ 'ਚ ਹਿਰਦੇ ਧੜਕ ਰਹੇ ਨੇ, ਕੌਣ ਧੜਕਣ ਦੇ ਰਿਹਾ? ਉਹ ਕਰਤਾ ਆਪ ਧੜਕਣ ਦੇ ਰਿਹਾ, ਸਭ ਉਹਦੇ ਨੇ। ਹੋ ਸਕਦਾ ਹੈ ਕੈਮਰੇ ਦਾ ਕੋਈ ਹੋਰ ਸਰੂਪ ਹੈ, ਬਲਬ ਦਾ ਕੋਈ ਹੋਰ ਰੂਪ ਹੈ, ਉਹਦਾ ਕੋਈ ਹੋਰ ਕੰਮ ਹੈ, ਇਹਦਾ ਕੋਈ ਹੋਰ ਕੰਮ ਹੈ, ਸਪੀਕਰ ਦਾ ਕੋਈ ਹੋਰ ਕੰਮ ਹੈ, ਘੜੇ ਦਾ ਹੋਰ ਕੰਮ ਹੈ, ਏਸੀ ਦਾ ਹੋਰ ਕੰਮ ਹੈ, ਗੀਜ਼ਰ ਦਾ, ਹੀਟਰ ਦਾ ਹੋਰ ਕੰਮ ਹੈ, ਪਰ ਖਰਚ ਕੌਣ ਹੋ ਰਿਹਾ? ਵਰਤ ਕੌਣ ਰਹੀ? ਵਰਤ ਬਿਜਲੀ ਰਹੀ ਹੈ। ਇਵੇਂ ਹੀ ਇੱਕ ਪਸ਼ੂ ਦਾ ਹੋਰ ਸੁਭਾਅ, ਇੱਕ ਮਨੁੱਖ ਦਾ ਹੋਰ ਸੁਭਾਅ, ਇੱਕ ਦਾ ਹੋਰ ਨਾਮ, ਇੱਕ ਦਾ ਹੋਰ ਕੰਮ ਹੈ, ਪਰ ਵਰਤ ਕੌਣ ਰਹੀ? ਉਹ ਆਪ ਵਰਤ, ਉਹਦੀ ਕਲਾ ਵਰਤ ਰਹੀ। ਅੱਜ ਜੁੜਿਆ ਉਹ ਨਾਮ ਕਰਕੇ ਵਰਤ ਰਹੀ, ਜੋ ਉਸ ਕਲਾ ਨਾਲ ਜੁੜ ਗਏ ਉਹ ਗੁਰਮੁਖ ਹੈ ਅਤੇ ਉਹ ਬਚ ਕੇ ਹੈ।
ਜੋ ਤੂੰ ਟੁੱਟ ਗਏ ਉਹ ਮਨਮੁਖ ਹੈ, ਉਹ ਮਰ ਗਏ, ਉਹਨੂੰ ਮਾਇਆ ਖਾ ਗਈ ਹੈ। ਕਹਿਣ ਲੱਗੇ ਉਹ ਘਟ ਘਟ ਵਾਸੀ ਹੈ ਸੰਗਾ ਧਰਣੀ ਤਰ ਈਸ਼ ਨਰਸਿੰਘ ਨਾਰਾਇਣ। ਨਰਸਿੰਘ ਦਾ ਚਰਚਾ ਆਪਾਂ ਰੋਜ਼ ਪੜ੍ਹਦੇ ਹਾਂ, ਜਦੋਂ ਹਰਨਾ ਕ੍ਰਿਸ਼ਨ ਮਾਰੇ ਹੈ ਤੇ ਜਿਸ ਰੂਪ ਕਰਕੇ ਹੋਇਆ ਉਸੇ ਨੂੰ ਤੇ ਨਰਸਿੰਘ ਕਹਿੰਦੇ ਹੋ ਨਾ। ਵੀ ਠੀਕ ਹੈ, ਸੰਸਾਰ ਦੀ ਤਾਰੀਖ ਪੜ੍ਹਨ ਵਾਲੇ ਉਸਨੂੰ ਮਿਥਿਹਾਸ ਕਹਿ ਦੇਣਗੇ। ਬਹੁਤ ਸਾਰੇ ਉਹ ਨਾਮ ਨੇ ਜਿਹਨੂੰ ਲੋਕ ਕਹਿੰਦੇ ਨੇ ਮਿਥਿਹਾਸ। ਮਿਥਿਹਾਸ ਪਤਾ ਕਿਉਂ ਕਿਹਾ ਜਾਂਦਾ? ਇਹ ਝੂਠ ਨਹੀਂ ਹੁੰਦਾ ਪਰ ਇਹਦੀ ਤਾਰੀਖ ਨਹੀਂ ਹੁੰਦੀ। ਝੂਠ ਨਹੀਂ ਹੈ ਪਰ ਇਹਦੀ ਤਾਰੀਖ ਨਹੀਂ। ਤੇ ਤਾਰੀਖ ਸਾਡੇ ਕੋਲ ਕਿਤਨੀ ਹੈ? ਕੇਵਲ 2000 ਸਾਲ। ਅੱਜ ਤਾਰੀਖ ਕਿਤਨੀ ਆਪਾਂ ਕਹਿ ਰਹੇ ਨਾ, ਅਖੇ ਜੀ ਅੱਜ ਨਵੰਬਰ ਦੀ 30 ਤਾਰੀਖ ਹੈ ਤੇ ਈਸਵੀ ਸਨ 2017 ਤੇ 2018 ਸਾਲ ਦਾ ਤੇ ਸਾਡੇ ਕੋਲ ਇਤਿਹਾਸ ਹੀ ਨਹੀਂ ਨਾ। ਇੰਨਾ ਇਤਿਹਾਸ ਹੈ, ਇੰਨਾ ਇਤਿਹਾਸ ਹੈ। ਇਸ ਤੋਂ ਪਹਿਲਾਂ ਇੱਕ ਪ੍ਰਾਗ ਇਤਿਹਾਸ ਹੁੰਦਾ ਹੈ ਜਿਹਨੂੰ ਸੀ ਕਹਿੰਦੇ ਈਸਾ ਪੂਰਵ, 100 ਸਾਲ ਈਸਾ ਪੂਰਵ, 500 ਸਾਲ ਈਸਾ ਪੂਰਵ, ਤੇ ਫਿਰ ਉਸ ਤੋਂ ਪਹਿਲਾਂ ਮਿਥਿਹਾਸ ਹੁੰਦਾ ਜਿਹਦੇ ਸਾਲਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ, ਉਹ ਮਿਥਿਹਾਸ ਹੁੰਦਾ। ਅਸੀਂ ਮਿਥਿਹਾਸ ਸਮਝਦੇ ਹਾਂ ਸ਼ਾਇਦ ਝੂਠ ਹੁੰਦਾ। ਝੂਠ ਦੀ ਸੱਚ ਦਾ ਨਿਰਣਾ ਨਾ ਮੈਂ ਕਰ ਸਕਦਾ ਨਾ ਤੁਸੀਂ ਕਰ ਸਕਦੇ ਹੋ। ਝੂਠ ਸੱਚ ਕੁਛ ਵੀ ਨਹੀਂ ਹੁੰਦਾ। ਜਿਸ ਨੂੰ ਮੰਨ ਲਿਆ ਜਾਂਦਾ ਉਹ ਸੱਚ ਹੁੰਦਾ, ਜਿਸ ਨੂੰ ਨਹੀਂ ਮੰਨਿਆ ਜਾਂਦਾ ਉਹ ਝੂਠ ਹੁੰਦਾ। ਮੇਰੇ ਵਾਸਤੇ ਕੋਈ ਵਿਅਕਤੀ ਝੂਠ ਵੀ ਹੋ ਸਕਦਾ ਤੇ ਕੋਈ ਵਿਅਕਤੀ ਸੱਚ ਵੀ ਹੋ ਸਕਦਾ। ਜਿਸ ਨੂੰ ਮੈਂ ਮੰਨ ਲੈਂਦਾ ਹਾਂ ਉਹ ਸੱਚ ਹੈ, ਜਿਸ ਨੂੰ ਮੈਂ ਨਹੀਂ ਮੰਨਦਾ ਉਹ ਝੂਠ ਹੈ। ਤੇ ਕਰਤੇ ਦੀ ਕੁਦਰਤ ਵਿੱਚ ਜਿਸ ਨੂੰ ਵੀ ਮੰਨਿਆ ਜਾ ਰਿਹਾ, ਜਿਸ ਵੀ ਰੂਪ 'ਚ ਮੰਨਿਆ ਜਾ ਰਿਹਾ ਤੇ ਜੋ ਵੀ ਮੰਨ ਰਹੇ ਉਹ ਉਹਦੇ ਲਈ ਸੱਚ ਹੈ, ਮੇਰੇ ਲਈ ਸੱਚ ਨਹੀਂ ਹੈ। ਮੇਰੇ ਲਈ ਸੱਚ ਗੁਰੂ ਨਾਨਕ ਹੈ, ਕਿਸੇ ਲਈ ਕੋਈ ਹੋਰ ਸੱਚ ਹੋਏਗਾ। ਮੇਰੇ ਲਈ ਸੱਚ ਇੱਥੋਂ ਦੇ ਪਿਆਰਿਆਂ ਵਾਸਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਂ ਲੈਂਦੇ ਹੋ ਨਾ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠਾ ਸਭ ਦੁੱਖ ਜਾਏ, ਇੱਥੋਂ ਦੀ ਇਹੀ ਸੱਚ ਹੈ। ਕਿਤੇ ਹੋਰ ਲਈ ਕੋਈ ਹੋਰ ਹੋਵੇਗਾ? ਇਹ ਨਰਸਿੰਘ ਨਾਰਾਇਣ ਤੇਰੇ ਸਰੂਪ ਨੇ, ਤੂੰ ਹੀ ਹੈ, ਤੇਰੇ ਨਾਮ ਨੇ। ਦਾੜਾ ਅਗਰੇ ਜੋ ਦਾੜਾਂ ਦੇ ਉੱਤੇ ਰੱਖ ਕੇ ਤੁਰ ਪੈਂਦਾ, ਜਿਹਨੂੰ ਵਰਾਹ ਅਵਤਾਰ ਕਹਿੰਦੇ ਨੇ, ਪ੍ਰਥਮ ਨਾਰਾਇਣ, ਸੁਣਿਆ ਪੁਰਾਣੀ ਗਾਥਾ, ਦਾੜਾਂ 'ਤੇ ਰੱਖ ਕੇ ਉਸਨੇ ਧਰਤੀ ਨੂੰ ਬਚਾਇਆ। ਅਸੀਂ ਇਤਿਹਾਸ ਨਹੀਂ ਜਾਣਦੇ ਪਰ ਸਾਨੂੰ ਸੁਣਿਆ, ਆਪਾਂ ਕਿਉਂ ਟਿੱਪਣੀਆਂ ਕਰਦੇ ਹਾਂ ਵੀ ਹੈ ਕਿ ਨਹੀਂ? ਭੱਜ ਪਾਤਸ਼ਾਹ ਕਹਿ ਰਹੇ ਨੇ ਤੂੰ ਕੀਤਾ ਸੱਤ ਹੈ। ਬਾਵਨ ਰੂਪ ਕੀਆ ਤੁਧ ਕਰਤੇ, ਤੁਸਾਂ ਬਾਵਨ ਰੂਪ, ਬਾਵਨ ਉਂਗਲਾਂ ਦਾ ਸਰੂਪ ਵੀ ਤੁਸਾਂ ਬਣਾਇਆ। ਜਿਸ ਬਲਰਾਜੇ ਦੀ ਛਲ ਦੀ ਗਾਥਾ ਅਸੀਂ ਪੜ੍ਹਦੇ ਹਾਂ, ਉਹ ਵੀ ਤੇਰਾ ਸਰੂਪ ਹੋ ਸਕਦਾ ਹੈ। ਸਭ ਹੀ ਸੇਤੀ ਹੈ ਚੰਗਾ, ਸਭ ਕੁਝ ਚੰਗਾ ਹੈ। ਸ਼੍ਰੀ ਰਾਮ ਚੰਦ ਜਿਸ ਰੂਪ ਨਾਲ ਰੇਖਿਆ, ਰਾਮ ਚੰਦ ਵੀ ਤੁਸੀਂ ਹੋ, ਸ਼ਰਾਮ ਵੀ ਉਹ ਹੋ, ਤੁਸੀਂ ਹੋ, ਜਿਸਦਾ ਕੋਈ ਰੂਪ ਰੰਗ ਨਹੀਂ। ਹੋ ਸਕਦਾ ਪਤਾ ਨਹੀਂ ਕਿਤੇ ਕੋ ਰਾਮ ਨੇ, ਅਸੀਂ ਤੇ ਸੰਸਾਰ ਦੇ ਪੂਜਾ ਤੇ ਤ੍ਰੇਤਾ ਦੇ ਰਾਮ ਦੀ ਕਰਦੇ ਹੋ ਨਾ, ਪਰ ਸਾਡੇ ਆਲੇ ਦੁਆਲੇ ਸਰਕਲ ਦੇ ਵਿੱਚ ਹੀ 100 ਕੁ ਰਾਮ ਤੇ ਮੇਰੇ ਸੱਜਣਾ ਮਿੱਤਰਾਂ 'ਚ ਹੋਣੇ ਆ, 100-100, 200-200 ਤੁਹਾਡੇ ਹੋਣੇ ਆ ਸਾਰੇ ਹੀ। ਨਹੀਂ ਨਹੀਂ, ਉਹ ਰਾਮ ਇੱਕੋ ਹੈ, ਸਾਰਿਆਂ ਦੇ ਵਿੱਚ ਵਸਦਾ ਪਿਆ। ਬਨਵਾਲੀ ਚੱਕਰਪਣ ਦਰਸ਼ ਅਨੂਪਿਆ, ਤੁਸੀਂ ਸਾਰੇ ਸੰਸਾਰ ਰੂਪੀ ਬਨ ਦੇ ਮਾਲੀ ਹੋ, ਚੱਕਰਪਾਣ ਹੋ, ਜਿਨ੍ਹਾਂ ਨੇ ਚੱਕਰ ਨੂੰ ਧਾਰਨ ਕੀਤਾ ਹੋਇਆ। ਤੁਹਾਡਾ ਦਰਸ਼ਨ ਅਨੂਪ ਹੈ, ਤੁਹਾਡਾ ਸਰੂਪ ਬੜਾ ਸੁੰਦਰ ਹੈ। ਸਹਿਸ ਨੇਤਰ, ਹਜ਼ਾਰਾਂ ਨੇਤਰ ਨੇ। ਆਪਾਂ ਰੋਜ਼ਾਨਾ ਕਹਿੰਦੇ ਸਹਿਸ ਤਵ ਨੈਣ, ਰੋਜ਼ਾਨਾ ਸੁਲ 'ਚ ਪੜ੍ਹਦੇ ਹਾਂ। ਮੂਰਤ ਹੈ ਸਹਿਸਾ, ਹਜ਼ਾਰਾਂ ਹੀ ਤੁਹਾਡੇ ਮੂਰਤ ਨੇ। ਅਸੀਂ ਤੁਸੀਂ ਇੰਨੇ ਕੁ ਦਰਬਾਰ 'ਚ ਬੈਠੇ ਹਾਂ, ਕੋਈ ਸਾਨੂੰ ਤੁਹਾਨੂੰ ਪੁੱਛੇਗਾ, ਕਹਾਂਗੇ ਕਿੰਨੇ? ਅਖੇ ਜੀ ਸੰਗਤ ਵਿੱਚ ਨਾ ਇੰਨੀਆਂ ਕੁ ਬੀਬੀਆਂ, ਇੰਨੇ ਕੁ ਮਰਦ, ਇੰਨੇ ਕੁ ਭਾਈ, ਇੰਨੇ ਕੁ ਬੀਬੀਆਂ ਬੈਠੀਆਂ ਸਨ। ਆਪਾਂ ਇੱਦਾਂ ਦੱਸਾਂਗੇ ਨਾ, ਸਾਡੀ ਗਿਣਤੀ ਮਿਣਤੀ ਇੱਦਾਂ ਦੀ ਹੋਣੀ ਆ ਵੀ ਭਾਈ ਆਹ ਦਰਬਾਰ ਵਿੱਚ ਨਾ 100 ਕੁ ਬੀਬੀਆਂ ਬੈਠੀਆਂ ਸਨ, 100 ਕੁ ਭਾਈ ਬੈਠੇ ਸਨ। ਅਤੇ ਜੇ ਕਿਤੇ ਇਹੀ ਗੱਲ ਆਪਣੇ ਤੋਂ ਚੌਥੇ ਪਦ 'ਤੇ ਪਹੁੰਚੇ ਹੋਏ ਬਾਬੇ ਕਬੀਰ ਸਾਹਿਬ ਤੋਂ ਪੁੱਛ ਲਈਏ, ਬਾਬਾ ਜੀ ਤੁਸੀਂ ਦੱਸਿਓ, ਅਤੇ ਕਹਿਣ ਲੱਗੇ ਆ ਇਹਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ, ਇਹ ਤੇਰੇ ਰੂਪ ਨੇ, ਇਹ ਤੁਸੀਂ ਬੈਠੇ ਹੋਏ ਹੋ, ਇੰਨੇ ਸਾਰੇ ਰੂਪਾਂ ਦੇ ਵਿੱਚ ਤੁਸੀਂ ਬੈਠੇ ਹੋਏ ਹੋ। ਅਸੀਂ ਕਹਾਂਗੇ ਇਹਨੂੰ ਜਾਣਦੇ ਹਾਂ, ਇਹਨੂੰ ਨਹੀਂ ਜਾਣਦੇ, ਆਹ ਮੇਥੋਂ ਉਮਰ 'ਚ ਛੋਟਾ ਹੈ, ਆਹ ਮੇਥੋਂ ਉਮਰ 'ਚ ਵੱਡਾ ਹੈ, ਪਰ ਉਸ ਪਰਮਾਰਥ ਤੱਤ 'ਤੇ ਪਹੁੰਚ ਕੇ ਕਹਿਣਗੇ ਨਹੀਂ ਨਹੀਂ ਇਹ ਤੇਰੇ ਰੂਪ ਨੇ, ਤੂੰ ਸਾਰਿਆਂ ਦੀ ਸਮਾਧੀ 'ਚ ਆਪ ਹੀ ਬੈਠਾ ਹੋਇਆ। ਇਹੀ ਰੂਪ ਅਸੀਂ ਅੱਜ ਸਮਝਣਾ ਹੁੰਦਾ। ਕਹਿਣ ਲੱਗੇ ਇਹੀ ਤੇ ਸਤ ਸਰੂਪ ਹੈ, ਤੁਸੀਂ ਭਗਤੀ ਵਤਸਲ ਹੋ, ਭਗਤੀ ਨੂੰ ਪਿਆਰ ਕਰਨ ਵਾਲੇ ਹੋ,
अनाथां दे नाथ हो, गोपियां दे नाथ हो, सारियां दे नाल चलदे हो। केवल गोपियां दे नाल ही नहीं, उस हर जी दे हर सदा नाल चलदे हो जिहड़ा भी तुहानूं याद करदा है। अपने सेवक की आपे राखै, आपे नाम जपावै, जह जह काज कृत सेवक की तहां तहां उठतावै। सेवक कहो निकटी होए दिखावै, सेवक दे ते नाल चलदा ते असीं की मनना है? सानू कोई की कहे की कहे, असीं दी चिंता मत करिए। सानू ते पता है मैं जिथे भी जाना है मेरे गुरु मेरे नाल हुंदे ने। आपां कहिंदे आ सुन दस्सिया गया है कि ठाकुर जां सिमरां तू ताही, गुर मेरे संग सदा है नाले, तू सदा नाल हो। केवल गोपियां दे, क्योंकि गोपियां ने इस लैवल नूं छू लिया, इस करके गोपियां दा नाम इतिहास संसार च वरतदा है। वासुदेव तां कृष्ण नूं भी कहिंदे ने, ते पता है कृष्ण दे पिता दा नाम ही वसुदेव है, ते बाद च आके कृष्ण नूं भी वासुदेव कहा जांदा है। वासुदेव निरंजन दाते माया तो रहतो, तुसी दाते हो वर्ण साको गुणे अंगा, हे पातशाह तुसी सारे सरूपां च वरते हो, तुहाडे गुणां दा तुहाडे सरूपां दा असीं वर्णन नहीं कर सकते। मुकंद मनोहर लक्ष्मी नारायण, तुसी मुकंद हो, मुक्ति दे दाते हो, बहुत चंगे लगन वाले हो। लक्ष्मी नारायण दाते हो, द्रौपदी लज्जा नवार उदाहरण, तुसी द्रौपदी दी लज्जा बचाई है। बस असीं रोज़ पढ़ते हाँ तुसां बचाया है, सानूं रोज़ दस्सिया जांदा है, भगतां दी लाज रखदे हो। जो भी उहदे प्यार च टिक के भगती विश्वास विच करेगा उहदी लज्जा रखेगा। अज लोग शरेआम सरेबाजार बेपत पता क्यों होंदे ने, उहनां नूं लोकां ते भरोसा हुंदा है, अपने गुरु करते ते भरोसा नहीं हुंदा। जिसका भरोसा अपने गुरु ते टिक जांदा है वह बेपत नहीं हुंदा। तुसीं बचांदे आयो हुण वी बचांदे हो। कमलाकंत करै कंतू हल, तुसी कमलाकंत हो, कमला कहिंदे ने माया नूं, तुसी माया दे कंत हो, करै कंतू हल, तुसी कौतक करदे हो। संसार च की है माया व्यापक है, ते तुसी माया नाल खेल करदे हो। हे करता पुरख आ संसार नूं असीं की कहिंदे आ, सानूं साडे पातशाह दस्सिए सारा जगत की है खेल ही ते है। लोक इस नूं जंग कही जा रहे ने, लोक इस नूं संघर्ष कही जा रहे ने, पर गुरु पातशाह इस नूं खेल कह रहे ने। हाँ इतना सच है भी ये खेल कोई सौखा जा खेल नहीं। जे आपां देखिया ना पिछले दिनां च आपां नवें पातशाह साहिब दी शहादत ते पुरब मनाए, ते पातशाह नवें जी ने ही सानू संसार दे विच विचरण वाले जीवन दस्से। प्यारियो संसार जीवन है ते खेल, पर यह खेल हौला सौखा नहीं। जे जन नानक यह खेल कठिन है, किन्हों गुरमुख जाना ये खेल कठिन है। जगत गुरु नानक आवाज दे के कहिंदे ने है ते खेल, प्यारियो मेरे नाल खेडण आउणा जे, ते एवें हल्कियां फुल्कियां गल्लां करके ना आयो, एवें छोटी मोटियां गल्लां चीजां ये औखा खेल जे। जब तो प्रेम खिलन का चाओ, सिर थर तली गली मिरी आओ, एक खेल है। ते सानू दस्सिए ये सारा माया दा खेल है, परमात्मा दा खेल है। परमात्मा दे हुक्म दे विच ही इत्थे सारे खेड वरत रहे ने, ते सारे खेड दे विच असां पार जाना है। जे पार ना जा सके ते खेड ही सानू खा जाएगी, क्योंकि सारी दिसदी खेड माया दी है, ये खेड ही सानू गर्क कर जाएगी। मनमुख खादे हुणे कह रहे ने, कौन बचेगा? गुरमुख उभरे जिनी सच नाम चित लाया। असीं ये जानना है, समझना है, आ खेल सारा करते दे हुक्म दा है, करते दे हुक्म दा खेल है, तुहाडा खेल है। द्रौपदी लज्जा नवार उदाहरण, कमलाकंत करें कंतूहल, अनद विनोदी निसंगा, अमोघ दर्शन आजू नहीं संभव। पर तुहाडे दर्शन अमोघ ने, आ खेल तुहाडा है। याद रखना ये सारा ही खेल तुसी हो, पर तुहाडा दर्शन फिर अमोघ है। तेरा दर्शन इतना अमोघ है कि पलक दृष्ट जीवन नूं बदल के रख देंदे। रोज पढ़ते हैं अमय दृष्ट शुभ करै, जिन असीं कदे कदे पढ़ते हाँ अमय दृष्ट शुभ करै, तुहाडी अमृतमयी दृष्टि जिसते पै गई, जिथे पै गई शुभ हो गया। जिथे भी तुहाडी अमृतमयी दृष्टि पई शुभ हो गया। गाथावां चों आपां पढ़िया ना,
ਗੁਰੂ ਨਾਨਕ ਦੀ ਦ੍ਰਿਸ਼ਟੀ ਪੈਂਦੀ ਹੈ, ਕਹਿੰਦੇ ਮਰਦਾਨਿਆਂ ਫਲ ਖਾ ਲੈ, ਮਰਦਾਨ ਮਿੱਠਾ ਲੱਗਦਾ, ਖਾ ਲੈਂਦੇ, ਕੁਝ ਪਲ ਬਾਅਦ ਕੁਝ ਸਮੇਂ ਬਾਅਦ ਫਿਰ ਉਹ ਫਲ ਖਾਂਦਾ, ਹੁਣ ਕੌੜਾ ਲੱਗਦਾ, ਬਿਸੁਰਤ ਹੁੰਦਾ। ਪਹਿਲਾਂ ਮਿੱਠਾ ਕਿਵੇਂ ਸੀ? ਦ੍ਰਿਸ਼ਟੀ ਪੈ ਰਹੀ ਸੀ, ਬਾਅਦ 'ਚ ਕੌੜਾ ਕਿਉਂ ਹੈ? ਹੁਣ ਦ੍ਰਿਸ਼ਟੀ ਨਹੀਂ ਪੈ ਰਹੀ, ਟਾਰਚ ਪੈ ਰਹੀ ਹੈ, ਚਾਨਣਾ ਮਿਲ ਰਿਹਾ, ਅੰਧਕਾਰ ਨਹੀਂ ਹੈ, ਟਾਰਚ ਨਹੀਂ ਪੈ ਰਹੀ, ਹੁਣ ਅੰਧਕਾਰ ਹੈ, ਹੁਣ ਉੱਥੇ ਕੜਵਾਹਟ ਹੈ। ਜਿੱਥੇ ਵੀ ਕੜਵਾਹਟ ਹੈ, ਸਮਝ ਲੈਣਾ ਇਹ ਜੀ ਅਜੇ ਉਹ ਨੇ ਜਿਨ੍ਹਾਂ 'ਤੇ ਉਹਨੇ ਪ੍ਰੇਮ ਦ੍ਰਿਸ਼ਟੀ ਨਹੀਂ ਪਾਈ। ਭਾਵੇਂ ਉਹ ਕਿਤੇ ਵੀ ਬੈਠਾ ਹੈ, ਭਾਵੇਂ ਉਹ ਕਿਸੇ ਵੀ ਥਾਂ 'ਤੇ ਬੈਠਾ ਹੈ, ਅਗਰ ਉਹਦੇ ਹਿਰਦੇ 'ਚ ਕੜਵਾਹਟ ਹੈ ਤਾਂ ਸਮਝ ਲੈਣਾ ਉਹਦੇ ਉੱਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਨਹੀਂ ਪੈ ਰਹੀ, ਗੁਰੂ ਦੀ ਦ੍ਰਿਸ਼ਟੀ ਨਹੀਂ ਪੈ ਰਹੀ। ਸੰਸਾਰ ਦੇ ਛੋਟੇ ਛੋਟੇ ਗਿਆਨੀ ਕਹਿਣ ਲੱਗ ਪੈਂਦੇ ਨੇ, ਆਖੇ ਜੀ ਸਾਰੇ ਥਾਂ 'ਤੇ ਨਜ਼ਰ ਪੈਂਦੀ ਹੈ, ਸਭ ਨੂੰ ਇੱਕ ਸਮਾਨ ਦਿਖਦਾ। ਨਹੀਂ ਨਹੀਂ, ਉਹ ਇੱਕ ਸਮਾਨ ਜੀਵਨ ਦਿੰਦਾ ਹੈ, ਇੱਕ ਸਮਾਨ ਸਾਹ ਦਿੰਦਾ ਹੈ, ਇੱਕ ਸਮਾਨ ਭੋਜਨ ਦਿੰਦਾ ਹੈ, ਇੱਕ ਸਮਾਨ ਸਰੀਰ ਦਿੰਦਾ, ਪਰ ਕਿਰਪਾ ਇੱਕ ਸਮਾਨ ਨਹੀਂ ਦਿੰਦਾ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਖਮੇਰੀ। ਦੀਪਕ ਦੇ ਨੇੜੇ ਆ ਗਏ ਹੋ ਤੇ ਦੀਪਕ ਤੋਂ 100 ਕਦਮ ਦੂਰ ਚਲੇ ਗਏ ਹੋ, ਜਗਦੇ ਹੋਏ ਦੀਪਕ ਦਾ ਕੀ ਦੋਸ਼ ਹੈ? ਕੀ ਸਭ ਨੂੰ ਲਾਈਟ ਇੱਕ ਸਮਾਨ ਮਿਲ ਰਹੀ ਹੈ? ਇੱਕ ਦੀਪਕ ਤੋਂ ਜਗਦੇ ਹੋਏ ਦੀਪਕ 'ਤੇ ਬਿਲਕੁਲ ਤੁਸੀਂ ਇੱਕ ਕਦਮ ਦੂਰ ਬੈਠੇ ਹੋ ਤਾਂ ਆਪਣੀ ਪੁਸਤਕ ਪੜ੍ਹ ਸਕਦੇ ਹੋ, ਇਬਾਰਤ ਪੜ੍ਹ ਸਕਦੇ ਹੋ, ਅਤੇ ਦੀਪਕ ਤੋਂ 100 ਕਦਮ ਦੂਰ ਬੈਠੇ ਸਿਰਫ ਦੀਪਕ ਨੂੰ ਦੇਖ ਸਕਦੇ ਹੋ, ਇਬਾਰਤ ਤਾਂ ਨਹੀਂ ਪੜ੍ਹ ਸਕਦੇ। ਜੇ ਕਿਰਪਾ ਪ੍ਰਾਪਤ ਕਰਨੀ ਹੈ ਤਾਂ ਗੁਰੂ ਜੋਤ ਦੇ ਨੇੜੇ ਆਉਣਾ ਪਏਗਾ, ਨੇੜੇ ਆਉਣਾ ਪਏਗਾ। ਜਿਤਨਾ ਨੇੜੇ ਆ ਜਾਵਾਂਗੇ ਉਤਨਾ ਗਿਆਨ ਦੀ ਰੋਸ਼ਨੀ ਨਿੱਘ ਜ਼ਿਆਦਾ ਮਿਲ ਜਾਏਗਾ, ਜਿਤਨਾ ਦੂਰ ਚਲੇ ਜਾਵਾਂਗੇ ਜਗਦਾ ਦੀਪਕ ਅਤੇ ਦੀਪਕ ਜਗੀ ਜਾਏਗਾ, ਪਰ ਸਾਡਾ ਕੁਝ ਨਹੀਂ ਸੰਵਰੇਗਾ। ਅੱਜ ਕਿਉਂ ਨਹੀਂ ਸੰਵਰ ਰਿਹਾ? ਕਿਉਂਕਿ ਅਸੀਂ ਗੁਰੂ ਤੋਂ ਦੂਰ ਚਲੇ ਗਏ ਹਾਂ, ਬੇਮੁੱਖ ਹੋ ਗਏ ਹਾਂ, ਮਨਮੁੱਖ ਹੋ ਗਏ ਹਾਂ। ਗੁਰੂ ਦਾ ਦੀਪਕ ਅਤੇ ਗਿਆਨ ਦਾ ਜਗਦਾ ਹੈ, ਤੇਰਾ ਦਰਸ਼ਨ ਅਮੋਘ ਹੈ, ਸਫਲ ਦਰਸ਼ਨ ਹੈ। ਇੱਕ ਵਾਰ ਜਿਹੜਾ ਦਰਸ਼ਨ ਤੁਹਾਡੇ ਕਰਦਾ ਹੈ, ਬੇਸ਼ੱਕ ਅੱਜ ਅਸੀਂ ਇੱਕ ਪਾਸਿਓਂ ਇਹ ਕਹਿੰਦੇ ਹਾਂ ਕਿ ਉਹ ਨਿਰਾਕਾਰ ਹੈ, ਪੜ੍ਹਦੇ ਵੀ ਹਾਂ, ਪਰ ਫਿਰ ਵੀ ਹਰ ਸਿੱਖ ਦੇ ਹਿਰਦੇ 'ਚ ਇੱਕ ਤੜਪ ਹੈ, ਚਾਹੁੰਦਾ ਹੈ ਹਰ ਪਿਆਰਾ ਪਾਤਸ਼ਾਹ ਮੈਨੂੰ ਦਰਸ਼ਨ ਬਖਸ਼ੋ, ਕਿਉਂਕਿ ਰੋਜ਼ ਜੀਵਨ ਇੱਥੇ ਖੜਾ ਹੈ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਉਹ ਕੋਈ ਦਰਸ਼ਨ ਲੱਭਦੇ ਹਾਂ, ਕੋਈ ਦਰਸ਼ਨ ਤਲਾਸ਼ਦੇ ਹਾਂ, ਪਰ ਉਹ ਦਰਸ਼ਨ ਹੋ ਸਕਦਾ ਮੈਨੂੰ ਇਹਨਾਂ ਖੁੱਲੀਆਂ ਅੱਖਾਂ ਦੇ ਨਾ ਮਿਲਦੇ ਹੋਣ, ਉਹਨਾਂ ਵਾਸਤੇ ਮੈਨੂੰ ਗਹਿਰੀ ਉਤਰਨਾ ਪੈ ਜਾਵੇ। ਤੇ ਉਹ ਦਰਸ਼ਨ ਤੇਰੀ ਅਮੋਘ ਨੇ, ਸਫਲ ਹੈ, ਅਮੋਘ ਦਰਸ਼ਨ ਆਜੂਨੀ ਸੰਭਵ ਅਕਾਲ ਮੂਰਤ। ਤੇ ਉਹ ਦਰਸ਼ਨ ਕਿਹੜੇ ਨੇ? ਜੋ ਅਕਾਲ ਮੂਰਤ ਹੈ, ਆਹ ਸਾਰਾ ਕੁਝ ਕਾਲ ਦੀ ਮੂਰਤ ਹੈ, ਸਮੇਂ ਦੇ ਨਾਲ ਇਸਨੇ ਪੁਰਾਣਾ ਹੋ ਜਾਣਾ ਹੈ, ਸਮੇਂ ਦੇ ਨਾਲ ਇਸਨੇ ਬਦਲ ਜਾਣਾ ਹੈ। ਜਿਸ ਦੇ ਉੱਤੇ ਸਮੇਂ ਦਾ ਪ੍ਰਭਾਵ ਹੈ, ਉਹ ਭਾਵੇਂ ਹੀਰਾ ਵੀ ਕਿਉਂ ਨਹੀਂ, ਉਹ ਅਮੋਘ ਦਰਸ਼ਨ ਦੀ ਕੈਟਾਗਰੀ 'ਚ ਨਹੀਂ ਆ ਸਕਦਾ। ਅਮੋਘ ਦਰਸ਼ਨ ਉਹ ਜਿਹਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ, ਅਤੇ ਉਹ ਕੇਵਲ ਸ਼ਬਦ ਹੈ, ਵਿਚਾਰ ਹੈ, ਜੋ ਸਦਾ ਸੱਤ ਹੈ। ਅਕਾਲ ਮੂਰਤ ਜਿਸ ਕਦੇ ਨਾ ਹੀ ਖਾਓ, ਖਾਓ ਦਾ ਮਤਲਬ ਹੁੰਦਾ ਜੋ ਕਦੇ ਖੁਰਦਾ ਨਹੀਂ, ਛੈ ਨਹੀਂ ਹੁੰਦਾ, ਹਿੰਦੀ ਸ਼ਬਦ ਛੈ, ਜੋ ਕਦੇ ਪੰਜਾਬੀ 'ਚ ਖੁਰਨਾ, ਜੋ ਕਦੇ ਖੁਰਦਾ ਨਹੀਂ ਹੈ, ਕਦੇ ਛੈ ਨਹੀਂ ਹੁੰਦਾ, ਉਹ ਕੌਣ ਹੈ? ਸਾਡਾ ਸਰੀਰ 'ਤੇ ਛੈ ਹੁੰਦਾ, ਆਹ ਸੰਗਮਰਮਰ ਪੱਥਰ ਹੈ, ਇਹ ਵੀ ਖੁਰਦਾ ਹੈ, ਇਹ ਵੀ, ਪਰ ਸਮਾਂ ਇਹਦਾ ਅਲੱਗ ਅਲੱਗ ਹੈ। ਇੱਕ ਰੇਤ ਦੀ ਕੰਧ ਕੁਝ ਦਿਨਾਂ 'ਚ ਮਿੱਟ ਜਾਏਗੀ, ਸੰਗਮਰਮਰ ਦੀ ਕੰਧ ਨੂੰ ਸਦੀਆਂ ਲੱਗ ਜਾਣਗੀਆਂ, ਪਰ ਮਿੱਟ ਜਾਏਗੀ। ਉਹ ਸੱਤ ਜਿਹਨੂੰ ਅਕਸ਼ਾ ਹਿੰਦੀ 'ਚ ਕਹਿੰਦੇ ਨੇ, ਅੱਖਾ ਉਹ ਆਪਾਂ ਕਦੇ ਕਦੇ ਪੰਜਾਬੀ 'ਚ ਪੜ੍ਹਦੇ, ਜੋ ਨਹੀਂ ਖੁਰਦਾ, ਤੁਸੀਂ ਕਦੇ ਨਹੀਂ ਖਾਓ, ਅਵਿਨਾਸ਼ੀ ਸਦਾ ਰਹਿਣ ਵਾਲੇ ਹੋ, ਅਭਗਤ ਅਗੋਚਰ, ਸਭ ਕੁਛ ਤੁਝ ਹੀ ਹੈ ਲੱਗਾ, ਸਭ ਕੁਛ ਤੁਹਾਡੇ ਨਾਲ ਲੱਗਾ ਹੋਇਆ। ਜਿਵੇਂ ਅਸੀਂ ਭੱਜ ਕੇ ਕੰਧ ਦਾ ਸਹਾਰਾ ਲੈਂਦੇ ਅਤੇ ਕਹਿੰਦੇ ਕੰਧ ਨਾਲ ਲੱਗ ਗਏ, ਇਵੇਂ ਸਾਰੀ ਰਚਨਾ ਬ੍ਰਹਮੰਡ ਦੀ ਤੁਹਾਡੇ ਨਾਲ ਲੱਗੀ ਹੋਈ ਹੈ। ਨਿੱਕਾ ਜਿਹਾ ਫਲ ਬਹੁਤ ਵੱਡੇ ਰੁੱਖ ਨਾਲ ਲੱਗਾ ਹੋਇਆ ਅਤੇ ਰਸ ਲੈ ਰਿਹਾ, ਡਾਲੀ ਨਾਲ ਲੱਗਾ ਹੋ ਰਿਹਾ ਅਤੇ ਰਸ ਲੈ ਰਿਹਾ, ਖਿੜ ਰਿਹਾ ਅਤੇ ਟੁੱਟ ਜਾਏ ਤਾਂ ਫਿਰ ਹੈ ਤਾਂ ਫੁੱਲ, ਪਰ ਟੁੱਟ ਜਾਣ ਤੋਂ ਬਾਅਦ ਖੇੜਾ ਬੰਦ। ਤੁਹਾਡੇ ਨਾਲ ਲੱਗਾ ਹੋਇਆ ਅਤੇ ਖਿੜ ਰਿਹਾ, ਬੇਸ਼ੱਕ ਉਹਦਾ ਰੂਪ ਰੰਗ ਕੀ ਹੈ, ਪਰ ਤੁਹਾਡੇ ਨਾਲ ਲੱਗਾ ਹੋਇਆ ਅਤੇ ਟਿਕਿਆ ਹੋਇਆ। ਸ਼੍ਰੀ ਰੰਗ ਬੈਕੁੰਠ ਕੇ ਵਾਸੀ, ਤੁਸੀਂ ਤਾਂ ਬੈਕੁੰਠਾਂ ਦੇ ਵਾਸੀ, ਇਹ ਨਹੀਂ ਕਿਉਂ ਕਿਤੇ ਸੱਤਵੀਂ ਅੱਠਵੀਂ ਆਕਾਸ਼ 'ਤੇ ਬੈਠੇ
ਉਹ ਤੁਸੀਂ ਹੋ ਬੈਕੁੰਠ ਕੀ ਹੈ ਜਿੱਥੇ ਸੱਤ ਹੈ ਉੱਥੇ ਬੈਕੁੰਠ ਹੈ ਮੱਛ ਕੱਛ ਕੂਰਮ ਇਹ ਤਿੰਨ ਉਹ ਅਵਤਾਰ ਨੇ ਜਿਨ੍ਹਾਂ ਨੂੰ 24 ਅਵਤਾਰਾਂ ਦੇ ਵਿੱਚੋਂ ਨਾਮ ਲੈ ਮੱਛ ਮੱਛਲੀ ਰੂਪ ਹੈ ਕੱਛ ਕਛੁਆ ਸਰੂਪ ਹੈ ਕੁਰਮ ਜਿਹਨੂੰ ਕਹਿੰਦੇ ਹਾਂ ਇਹ ਕਛੁਆ ਸਰੂਪ ਅਵਤਾਰ ਹੈ ਲੋਕ ਟਿੱਪਣੀ ਕਰਨਗੇ ਕੋਈ ਕਹੇਗਾ ਹੋਇਆ ਕੋਈ ਕਹੇਗਾ ਨਹੀਂ ਹੋਇਆ ਆਪਾਂ ਨਹੀਂ ਕਹਿੰਦੇ ਹੋਇਆ ਕਿ ਨਹੀਂ ਹੋਇਆ ਪਰ ਤੁਹਾਡੀ ਆਗਿਆ ਵਰਤੀ ਕਿ ਮੱਛਲੀ ਵਿੱਚ ਤੁਹਾਡਾ ਰੂਪ ਨਹੀਂ ਹੈ ਕਿ ਮੱਛਲੀ ਦੀ ਹਿਰਦੇ ਦੀ ਧੜਕਣ 'ਚ ਤੁਸੀਂ ਨਹੀਂ ਧੜਕਦੇ ਤੁਸੀਂ ਧੜਕਦੇ ਕਿ ਕਛੂਏ ਵਿੱਚ ਤੁਸੀਂ ਨਹੀਂ ਹੋ ਲੰਬਾ ਜੀਵਨ ਜੀ ਜਾਂਦਾ ਤੁਹਾਡੀ ਆਗਿਆ ਵਿੱਚ ਕੇਸ਼ਵ ਚਲਤ ਕਰਹਿ ਨਿਰਾਲੇ ਇਹ ਤੁਹਾਡੇ ਨਿਰਾਲੇ ਕੌਤਕ ਨੇ ਕੀਤਾ ਲੋੜ ਹੈ ਸੋ ਹੋਏਗਾ ਜੋ ਤੁਸੀਂ ਚਾਹੁੰਦੇ ਹੋ ਉਹ ਹੋ ਜਾਂਦਾ ਤੁਸੀਂ ਚਾਹੁੰਦੇ ਹੋ ਕੀੜੇ ਨੂੰ ਤੇ ਥੱਪ ਦਿੰਦੇ ਹੋ ਬਾਦਸ਼ਾਹੀ ਤੇ ਜੇ ਚਾਹੁੰਦੇ ਹੋ ਨਦਰ ਉਪੱਠੀ ਜੇਕਰ ਹੈ ਸੁਲਤਾਨਾ ਘਾਹ ਕਰਾਇੰਦਾ ਦਰਮੰਗਨ ਭਿੱਖ ਨਾ ਪਾਇੰਦਾ ਕਰ ਸਕਦੇ ਹੋ ਤੁਸੀਂ ਨਿਰਾਹਾਰੇ ਹੋ ਤੁਹਾਨੂੰ ਪਦਾਰਥਾਂ ਦੀ ਲੋੜ ਨਹੀਂ ਨਿਰਵੈਰ ਹੋ ਤੁਹਾਨੂੰ ਕਿਸੇ ਨਾਲ ਵੈਰ ਨਹੀਂ ਤੁਸੀਂ ਪਾਰਬ੍ਰਹਮ ਪਰਮੇਸ਼ਰ ਨਿਰਾਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤੁਰਭੁਜ ਕਹਾਇਆ ਸਾਰੀ ਰਚਨਾ ਕਹਾਉਂਦੇ ਹੋ ਤਾਂ ਲੋਕ ਤੁਹਾਨੂੰ ਬ੍ਰਹਮਾ ਕਹਿੰਦੇ ਨੇ ਚਤੁਰਭੁਜ ਕਹਿੰਦੇ ਨੇ ਚਾਰੇ ਦਿਸ਼ਾਵਾਂ ਨੂੰ ਸਾਂਭਦੇ ਹੋ ਸਾਵਲ ਸੁੰਦਰ ਰੂਪ ਬਣਾਵੇ ਤੁਸੀਂ ਬੜੇ ਸੁੰਦਰ ਸੁੰਦਰ ਸਰੂਪ ਬੇਣ ਸੁਣਤ ਸਭ ਮੋਹ ਹੈਗਾ ਤੁਸੀਂ ਬੜੇ ਸੁੰਦਰ ਰੂਪ ਬਣਾਏ ਨੇ ਤੁਹਾਡੀ ਧੁਨ ਤੁਹਾਡੀ ਬੇਣ ਲੋਕ ਤੇ ਬੰਸੁਰੀ ਨੂੰ ਕਹਿ ਸਕਦੇ ਨੇ ਪਰ ਬੇਣ ਦਾ ਭਾਵ ਹੈ ਜੋ ਧੁਨ ਹੈ ਜੋ ਆਵਾਜ਼ ਹੈ ਜਿਸ ਨੂੰ ਸੁਣ ਕੇ ਹਰ ਕੋਈ ਹਿਰਦਾ ਮੋਹਿਤ ਹੋ ਜਾਂਦਾ ਹੈ ਬਨਮਾਲਾ ਵਿਭੂਖਣ ਕਮਲ ਨੈਣ ਬੜੇ ਸੁੰਦਰ ਨੇ ਤੁਹਾਡੇ ਨੈਣ ਅਸੀਂ ਵੀ ਕਹਿੰਦੇ ਹਾਂ ਬੰਦੇ ਸੁੰਦਰ ਨੇ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਇਹ ਸਰੂਪ ਨੇ ਤੁਹਾਡਾ ਮੁਕਟ ਬੜਾ ਸੁੰਦਰ ਹੈ ਤੁਹਾਡੇ ਕੁੰਡਲ ਬੜੇ ਸੁੰਦਰ ਨੇ ਸ਼ੰਖ ਚੱਕਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ਤੁਸੀਂ ਸ਼ੰਖ ਰੱਖਦੇ ਹੋ ਚੱਕ ਰੱਖਦੇ ਹੋ ਗਦਾ ਰੱਖਦੇ ਹੋ ਪਰ ਸੱਚ ਅਸਲ ਸਰੂਪ ਹੈ ਇਸ ਸਤਸੰਗਤ ਰੂਪੀ ਰੱਥ ਦੇ ਤੁਸੀਂ ਸਾਰਥੀ ਹੁੰਦੇ ਹੋ ਆ ਸਤਸੰਗੀ ਰੱਥ ਜਿੱਤੇ ਬੈਠ ਕੇ ਆਪਾਂ ਸਫ਼ਰ ਕਰਨਾ ਇਹਦਾ ਸਾਰਥੀ ਕੌਣ ਹੈ ਇਹ ਸੱਚੇ ਪਾਤਸ਼ਾਹ ਤੁਸੀਂ ਇਹਦੇ ਸਾਰਥੀ ਹੋ ਤੁਸੀਂ ਇਸ ਜਹਾਜ਼ ਨੂੰ ਚਲਾ ਰਹੇ ਹੋ ਤੁਸੀਂ ਇਹਦੇ ਸਾਰਥੀ ਮਹਾਂ ਸਾਰਥੀ ਸਤਸੰਗਾ ਫਿਰ ਕਿਉਂਕਿ ਪੀਤ ਪਿਤੰਬਰ ਤ੍ਰਿਪੁਣ ਧਣੀ ਤੁਹਾਡੇ ਸਰੂਪ ਕਿਤੇ ਪੀਲਾ ਵੀ ਹੋ ਸਕਦਾ ਹੈ ਕਿਤੇ ਪੀਲੇ ਕੱਪੜੇ ਪਾਏ ਬੈਠੇ ਹੋ ਜੇ ਕਿਤੇ ਅਸੀਂ ਅਕਾਲ ਉਸਤਤ ਨੂੰ ਕਿਤੇ ਸੁਨਕੁੱਤੇ ਤੋਂ ਪੜਨ ਲੱਗ ਪਈਏ ਤਾਂ ਉਹਦੇ ਬੇਅੰਤ ਸਰੂਪ ਨੇ ਤੁਸੀਂ ਪਿਤੰਬਰ ਹੋ ਤ੍ਰਿਪੁਣ ਧਣੀ ਹੋ ਜਗਨਨਾਥ ਗੋਪਾਲ ਹੋ ਸਾਰੰਗ ਧਰ ਭਗਵਾਨ ਬੀਟਲਾ ਮੈਂ ਗਿਣਤ ਨ ਆਵੇ ਸਰਬੰਗਾ ਹੇ ਸੱਚੇ ਪਾਤਸ਼ਾਹ ਮੈਂ ਗਿਣਤੀ ਨਹੀਂ ਕਰ ਸਕਦਾ ਨਿਹਕੰਟਕ ਨੇ ਕੇਵਲ ਕਹੀਏ ਧਨੰਜੈ ਤੁਸੀਂ ਨਿਹਕੰਟਕ ਹੋ ਨਿਹਕੇਵਲ ਹੋ ਧਨੰਜੈ ਸਾਰੇ ਜਗਤ ਦੇ ਧਨ ਨੂੰ ਜਿੱਤ ਲੈਣ ਵਾਲੇ ਹੋ ਧਨ ਤੁਹਾਡੀ ਮੁੱਠੀ ਵਿੱਚ ਹੈ ਧਨੰਜੈ ਜਲ ਥਲ ਹੈ ਮਹੀਏ ਮ੍ਰਿਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਪਘਾ ਸਾਰੇ ਸੰਸਾਰ ਦੇ ਵਿੱਚ ਤੁਹਾਡਾ ਥਾਨ ਅਪਘਾ ਹੈ ਨਹੀਂ ਟੁੱਟਦਾ ਸਦਾ ਇੱਕ ਕਿਉਂਕਿ ਤੁਹਾਡਾ ਸਥਾਨ ਸੱਤ ਹੈ ਅਤੇ ਸੱਤ ਕਦੇ ਟੁੱਟਦਾ ਨਹੀਂ ਬਾਕੀ ਬਣਦੇ ਮਿਟਦੇ ਅਤੇ ਟੁੱਟਦੇ ਰਹਿੰਦੇ ਨੇ ਤੁਸੀਂ ਸਦਾ ਸਲਾਮਤ ਨਿਰੰਕਾਰ ਹੋ ਅਸੀਂ ਕਹਿ ਦੇਣ ਤੂੰ ਸਦਾ ਸਲਾਮਤ ਨਿਰੰਕਾਰ ਹੋ ਗੁਰੂ ਕਿਰਪਾ ਕਰਨ ਸਾਨੂੰ ਸਮਝ ਆ ਸਕੇ ਸਾਰਾ ਬ੍ਰਹਮੰਡੀ ਰਚਨਾ 'ਚ ਅੱਜ ਪਸਾਰਾ ਮਿਲਦਾ ਸਭ ਕੁਛ ਤੂੰ ਹੈ ਮੇਰੇ ਪਿਆਰੇ ਵਿਖੇ ਤੁਧ ਬਿਨ ਦੂਜਾ ਨਾ ਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਜੇ ਸਭ ਕੁਛ ਤੁਸੀਂ ਹੋ ਅਸੀਂ ਮਾਇਆ ਤੋਂ ਬਚਣਾ ਹੈ ਇਤਨੇ ਕੁ ਬਚਨ ਪ੍ਰਵਾਨ ਕਰਨਾ ਅਤੇ ਅਰਦਾਸ ਕਰਨਾ ਗੁਰੂ ਕਿਰਪਾ ਕਰਨ ਅਸੀਂ ਮਾਇਆ ਤੋਂ ਬਚ ਸਕੀਏ ਅਤੇ ਸਾਥੇ ਸਾਹਿਬ ਦੇ ਪੱਲੇ ਟਿੱਕ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ ਇਤਨੇ ਕੁ ਬਚਨ ਪ੍ਰਵਾਨ ਭੁੱਲ ਚੁੱਕ ਦੀ ਖਿਮਾ ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ